ਜਸਟਿਸ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਅਸੀਂ ਛੋਟੇ ਹੁੰਦੇ ਕਹਾਵਤ ਸੁਣੀ ਸੀ, ਹੁਣ ਕਹਾਵਤ ਥੋੜ੍ਹੀ ਜਿਹੀ ਬਲਦੀ ਹੋਈ ਦਿਖਾਈ ਦਿੰਦੀ ਹੈਗੀ ਹੈ। ਸੋ ਸਰਕਾਰ ਦੀ ਅਤੇ ਇੱਕ ਪਰਿਵਾਰ ਦੀ, ਇਹ ਸਭ ਦੇ ਵਿਚਾਲੇ ਮਹਾਰਾਸ਼ਟਰ ਸਰਕਾਰ ਦੇ ਵਿੱਚ ਤਿਕੋਣੀ ਸਰਕਾਰ ਦਾ ਰਸਤਾ ਜਿਹੜਾ ਉਹ ਸਾਫ਼ ਹੋ ਚੁੱਕਿਆ ਹੈਗਾ। ਸੁਪਰੀਮ ਕੋਰਟ ਤੋਂ ਜਿਹੜਾ ਫੈਸਲਾ ਆਇਆ ਉਸ ਤੋਂ ਬਾਅਦ ਫਲੋਰ ਟੈਸਟ ਦੇ ਬਾਰੇ ਜਿਹੜਾ ਸਮਾਂ ਨਿਯਤ ਕੀਤਾ ਗਿਆ ਸੀ, ਜਿਹੜਾ ਸਮਾਂ ਮਿੱਥਿਆ ਗਿਆ ਸੀ, ਉਸ ਤੋਂ ਪਹਿਲਾਂ ਹੀ ਉਪ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਦੋਨਾਂ ਨੇ ਅਸਤੀਫੇ ਦੇ ਦਿੱਤੇ ਅਤੇ ਦੋਨਾਂ ਨੇ ਅਸਤੀਫੇ ਦੇ ਕੇ ਇਹ ਦੱਸ ਦਿੱਤਾ ਕਿ ਸਾਡੇ ਕੋਲ ਗਿਣਤੀ ਨਹੀਂ ਸੀ। ਜੇ ਹੋਰਸ ਟ੍ਰੇਡਿੰਗ ਵਾਲਾ ਮਾਮਲਾ ਇਸ ਦੇ ਵਿੱਚ ਰੱਖਿਆ ਜਾਵੇ ਤਾਂ ਸੁਪਰੀਮ ਕੋਰਟ ਦੀ ਇਹਦੇ 'ਤੇ ਵੀ ਸਖ਼ਤ ਟਿੱਪਣੀ ਹੈਗੀ ਹੈ। ਅਤੇ ਫੈਸਲਾ ਜਿਹੜਾ ਆਇਆ ਹੈਗਾ, ਉਸ ਫੈਸਲੇ ਦੇ ਵਿੱਚ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਸੀਗੀਆਂ, ਉਸ ਤੋਂ ਬਾਅਦ ਸੱਤਾ ਨੂੰ ਸੋਚਣ 'ਤੇ ਮਜਬੂਰ ਹੋਣਾ ਪਿਆ ਕਿ ਸੰਵਿਧਾਨ ਦਿਵਸ ਦੇ ਦਿਨ ਕੀ ਕੁਛ ਕੀਤਾ ਜਾਣਾ ਚਾਹੀਦਾ ਸੀ ਅਤੇ ਕੀ ਕੁਛ ਹੋ ਗਿਆ। ਪਰ ਅਸਲ ਵਿੱਚ ਸੰਵਿਧਾਨ ਦਾ ਸਵਾਲ ਆ ਜਿਹੜਾ ਅੱਜ ਤੱਕ ਸੀਮਤ ਨਹੀਂ ਹੈਗਾ, ਸਵਾਲ ਸੰਵਿਧਾਨ ਦਾ ਭਵਿੱਖ ਦੀ ਗੋਦ ਵਿੱਚ ਵੀ ਹੈਗਾ। ਅਤੇ ਅਸੀਂ ਸਵਾਲ ਕਿਉਂ ਪੁੱਛਾਂਗੇ, ਸੰਵਿਧਾਨ ਦਾ ਅਸਲ ਚਰਾਖਾ ਕੌਣ? ਅੱਜ ਬਹਿਸ ਕਿਉਂ ਕਰ ਰਿਹਾ? ਟੂ ਦਾ ਪੁਆਇੰਟ ਹੋਏ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਸੀ। ਮਹਾਰਾਸ਼ਟਰ ਵਿੱਚ ਭਾਜਪਾ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ, ਫੜਨਵੀਸ ਸਰਕਾਰ ਡਿੱਗ ਗਈ ਹੈ। ਫਲੋਰ ਟੈਸਟ ਤੋਂ ਪਹਿਲਾਂ ਦਵਿੰਦਰ ਫੜਨਵੀਸ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਫੜਨਵੀਸ ਤੋਂ ਪਹਿਲਾਂ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦਾ ਅਹੁਦਾ ਛੱਡਿਆ। ਸੁਪਰੀਮ ਕੋਰਟ ਨੇ ਫੜਨਵੀਸ ਪਵਾਰ ਨੂੰ ਬੁੱਧਵਾਰ ਸ਼ਾਮ ਤੱਕ ਫਲੋਰ ਟੈਸਟ ਦਾ ਸਮਾਂ ਦਿੱਤਾ ਸੀ। ਕੋਰਟ ਦੇ ਫੈਸਲੇ ਮਗਰੋਂ ਅਜੀਤ ਪਵਾਰ ਦਾ ਅਸਤੀਫਾ, ਫੜਨਵੀਸ ਨੇ ਮੀਡੀਆ ਸੱਦ ਕੇ ਅਤੇ ਉਸ ਦੇ ਵਿੱਚ ਪਹਿਲਾਂ ਭੂਮਿਕਾ ਬੰਨੀ, ਸਾਰਾ ਕੁਝ ਦੱਸਿਆ ਸ਼ਿਵ ਸੈਨਾ ਬਾਰੇ, ਉਸ ਤੋਂ ਬਾਅਦ ਅਸਤੀਫੇ ਬਾਰੇ ਵੀ ਦੱਸ ਦਿੱਤਾ। ਸਮਰਥ ਜੁਟਾਉਣ ਲਈ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ, ਫੜਨਵੀਸ ਨੇ ਸਾਫ਼ ਕੀਤਾ। ਉਧਵ ਠਾਕਰੇ ਹੋਣਗੇ ਮੁੱਖ ਮੰਤਰੀ, ਐਨ ਸੀ ਪੀ ਅਤੇ ਕਾਂਗਰਸ ਦੇ ਉਪ ਮੁੱਖ ਮੰਤਰੀ ਹੋਣਗੇ, ਇਹ ਵੀ ਦਾਅਵੇ ਕੀਤੇ ਜਾ ਰਹੇ ਹੈਗੇ। ਝੂਠ ਅਤੇ ਦਲ ਬਦਲ 'ਤੇ ਬਣੀ ਸਰਕਾਰ, ਤਾਸ਼ ਦੇ ਪੱਤਿਆਂ ਵਾਂਗ ਟਿੱਕੀ, ਕਾਂਗਰਸ ਇਹ ਕਹਿ ਰਹੀ ਹੈ। ਬੜਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, ਮਹਾਰਾਸ਼ਟਰ ਦੀ ਸਿਆਸੀ ਸ਼ਤਰੰਜ ਨੇ ਕੀ ਸਾਬਤ ਕੀਤਾ? ਇਸ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨੂੰ ਤੁਹਾਡਾ ਤਾਰਫ ਕਰਾ ਰਿਹਾ। ਮੁਹੰਮਦ ਖਾਲਿਦ ਸਾਹਿਬ, ਪੋਲੀਟੀਕਲ ਐਨਲਿਸਟ ਨੇ, ਖਾਲਿਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਪ੍ਰੀਤ ਸਿੰਘ ਢਿੱਲੋਂ, ਭਾਰਤੀ ਜਨਤਾ ਪਾਰਟੀ ਬੁਲਾਰੇ ਢਿੱਲੋਂ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕੇਵਲ ਟਿੰਗਰਾ ਕਾਂਗਰਸ ਦੇ ਬੁਲਾਰੇ ਟਿੰਗਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੈਸ ਮਨਜੀਤ ਸਿੰਘ ਵੀ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਬੈਠਣਗੇ ਸਾਡੇ ਨਾਲ। ਪ੍ਰੈਸ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਗੁਰਪ੍ਰੀਤ ਢਿੱਲੋਂ ਤੁਹਾਨੂੰ ਕਰਨਾ ਚਾਹੂੰਗਾ। ਗੁਰਪ੍ਰੀਤ ਢਿੱਲੋਂ, ਸੰਵਿਧਾਨ ਦੀ ਰਾਖੀ ਕੀਤੀ ਤੁਸੀਂ? ਕੀ ਕੀਤੀ? ਸੰਵਿਧਾਨ ਦੀ ਰਾਖੀ ਤੁਸੀਂ ਕੀਤੀ? ਨਹੀਂ, ਇਹਦੇ 'ਚ ਸੰਵਿਧਾਨ ਦੀ ਰਾਖੀ ਵਾਲੀ ਤਾਂ ਕੋਈ ਕਹਾਣੀ ਨਹੀਂ। ਜਦੋਂ ਇਲੈਕਸ਼ਨ ਦਾ ਰਿਜ਼ਲਟ ਆਇਆ, ਇਲੈਕਸ਼ਨ ਤੋਂ ਪਹਿਲਾਂ ਇੱਕ ਅਲਾਇੰਸ ਹੋਇਆ ਜਿਹਦੇ 'ਚ ਭਾਰਤੀ ਜਨਤਾ ਪਾਰਟੀ ਔਰ ਸ਼ਿਵ ਸੈਨਾ, ਪੁਰਾਣਾ ਅਲਾਇੰਸ ਚੱਲਦਾ ਆ ਰਿਹਾ ਸੀਗਾ। ਔਰ ਮਹਾਰਾਸ਼ਟਰ ਦੀ ਪਬਲਿਕ ਨੇ, ਜਨਤਾ ਨੇ ਖੁੱਲ੍ਹਾ ਮੈਂਡੇਟ ਜਿਹੜਾ ਇਸ ਗਠਬੰਧਨ ਨੂੰ ਦਿੱਤਾ। ਸੰਵਿਧਾਨ ਦੀ ਰਾਖੀ ਕੀਤੀ ਜਾਂਦੀ? ਅਸੀਂ ਸੰਵਿਧਾਨ ਦੀ ਰਾਖੀ ਬਿਲਕੁਲ ਕੀਤੀ ਹੈ। ਸੰਵਿਧਾਨ ਬਿਲਕੁਲ ਠੀਕ ਠਾਕ ਚੱਲਿਆ ਔਰ ਸੰਵਿਧਾਨ ਦਾ ਅਸੀਂ ਪੂਰਾ ਸਨਮਾਨ ਕਰਦੇ ਹਾਂ ਔਰ ਸਾਰਾ ਕੁਝ ਸੰਵਿਧਾਨ ਦੇ ਤਹਿਤ ਹੀ ਹੋਇਆ ਹੈ। ਕੋਈ ਦੇਖਿਓ, ਤੁਹਾਡੇ 'ਚ ਕੋਈ ਵੀ ਨਹੀਂ? ਦੇਖੋ, ਜਿਹੜੀ ਗੱਲ ਸੰਵਿਧਾਨ ਦੀ ਅਗਰ ਤੁਸੀਂ ਕਰੀਏ ਜਾਂ ਉਹਨੂੰ ਆਪਾਂ ਦੇਖੀਏ, ਤਾਂ ਜਿਸ ਤਰ੍ਹਾਂ 3 ਦਿਨਾਂ ਦੇ ਅੰਦਰ ਪਹਿਲਾਂ ਮੁੱਖ ਮੰਤਰੀ ਦੀ ਸ਼ਪਥ ਦਿਵਾਈ ਜਾਂਦੀ ਹੈ, ਕਿਸ ਤਰੀਕੇ ਨਾਲ ਸਵੇਰੇ 4:45 ਵਜੇ ਸ਼ਪਥ ਦਿਵਾਈ ਜਾਂਦੀ ਹੈ, ਇਹ ਵੀ ਨਹੀਂ ਦੇਖਿਆ ਜਾਂਦਾ। ਸਿੱਧੇ ਸ਼ਬਦਾਂ ਦਾ ਜਵਾਬ ਨਹੀਂ ਦਿੰਦੇ? ਮੈਂ ਤਾਂ ਸਵਾਲ ਬੜਾ ਸਧਾਰਨ ਕਰਦਾ ਟਿੰਗਰਾ ਸਾਹਿਬ, ਉਹ ਸਵਾਲ ਘੁਮਾ ਕੇ ਪੁੱਛਣਾ ਨਹੀਂ ਹੁੰਦਾਗਾ। ਮੈਂ ਸਿੱਖਦਾ ਪਿਆ, ਸਿੱਧੀ ਗੱਲ ਮੈਂ ਕਹਿ ਰਿਹਾ ਹਾਂ, ਸੰਵਿਧਾਨ ਦੇ ਰਾਖੇ ਤੁਸੀਂ ਹੋ ਜਾਂ ਇਹ ਜਾਂ ਤੁਹਾਡੇ ਦੋਨਾਂ 'ਚ ਕੋਈ ਨਹੀਂ? ਦੇਖੋ, ਸੰਵਿਧਾਨ ਜਿਹੜਾ ਬਣਿਆ ਸੀਗਾ ਦੇਸ਼ ਦਾ, ਉਸ 'ਤੇ ਰਾਖੀ ਜਿਹੜੀ ਹੈ ਉਹ ਅਗਰ ਕੀਤੀ ਤਾਂ ਸਿਰਫ ਕਾਂਗਰਸ ਨੇ ਹੀ ਕੀਤੀ, ਕਿਉਂਕਿ ਅੱਜ ਵੀ ਕਾਂਗਰਸ ਨੇ ਕੀਤੀ, ਅੱਜ ਵੀ ਕਾਂਗਰਸ ਨੇ ਕੀਤੀ। ਇਹ ਦੇਖੋ, ਅੱਜ ਸੁਪਰੀਮ ਕੋਰਟ ਜਿਹੜੀ ਹੈ ਸਭ ਤੋਂ ਵੱਡੀ ਸੁਪਰੀਮ ਹੈ। ਸੁਪਰੀਮ ਕੋਰਟ ਨੇ ਰਾਖੀ ਕੀਤੀ ਜਾਂ ਕਾਂਗਰਸ ਨੇ ਕੀਤੀ? ਕਾਂਗਰਸ ਨੇ ਮੁੱਦਾ ਚੱਕਿਆ ਤਾਂ ਹੀ ਸੁਪਰੀਮ ਕੋਰਟ ਨੇ ਰਾਖੀ ਕੀਤੀ। ਅੱਛਾ, ਕਾਂਗਰਸ ਨੇ ਦੱਸਿਆ ਸੁਪਰੀਮ ਕੋਰਟ ਨੂੰ? ਨਹੀਂ, ਕਾਂਗਰਸ ਨਹੀਂ ਗਈ, ਕਾਂਗਰਸ ਨੇ ਮੁੱਦਾ ਚੱਕਿਆ ਔਰ ਸੁਪਰੀਮ ਕੋਰਟ ਨੇ ਰਾਖੀ ਕੀਤੀ। ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ, ਮੈਂ ਆ ਰਿਹਾ ਵਾਪਸ ਆਉਂਗਾ। ਪਹਿਲੇ ਸਵਾਲ ਦਾ ਜਵਾਬ ਲੈਣਾ ਸੀ। ਪ੍ਰਸਮਜੀਤ ਸਿੰਘ, ਸੰਵਿਧਾਨ ਦਾ ਰਾਖਾ ਕੌਣ? ਸੰਵਿਧਾਨ ਦੀ ਜੇ ਅੱਜ ਕਿਸੇ ਨੂੰ ਲੋੜ ਹੈਗੀ ਹੈ ਤਾਂ ਉਹ ਹੈਗੇ ਇੱਥੋਂ ਦੇ ਮਿਹਨਤ ਮਜ਼ਦੂਰ, ਔਰਤਾਂ, ਦਲਿਤ, ਆਦਿਵਾਸੀ, ਉਹਨਾਂ ਨੂੰ ਲੋੜ ਆ। ਔਰ ਉਹੀ ਗਲੀਆਂ ਦੇ ਮੁਹੱਲਿਆਂ ਦੇ ਵਿੱਚ ਸੜਕਾਂ ਦੇ ਉੱਤੇ ਜਲੂਸ ਕੱਢ ਕੇ ਇਹ ਲੋਕਾਂ ਨੂੰ ਸੁਨੇਹਾ ਦੇ ਰਿਹਾ ਕਿ ਸੰਵਿਧਾਨ ਨੂੰ ਬਚਾਓ, ਸੰਵਿਧਾਨ ਦੀ ਰੱਖਿਆ ਕਰੋ। ਉਹ ਦੇਖੋ, ਹਾਲਤ ਇਹ ਆ ਕਿ ਜਿਨ੍ਹਾਂ ਲੋਕਾਂ ਨੇ ਸੰਵਿਧਾਨ ਘਾੜੇ ਜਿਹੜੇ ਜਿਨ੍ਹਾਂ ਨੇ ਬਣਾਇਆ, ਕਦੀ ਕਾਂਸਟੀਚੂਐਂਟ ਕਮੇਟੀ ਬਣਾ ਕੇ ਉਦੋਂ ਬਾਅਦ ਜਿਨ੍ਹਾਂ ਨੇ ਉਹਨੂੰ ਲਾਗੂ ਕਰਕੇ ਸਾਰੀਆਂ ਇਲੈਕਸ਼ਨਾਂ ਕਰਾਈਆਂ, ਉਹ ਹੀ ਇਸ ਸੰਵਿਧਾਨ ਦੇ ਖੂਨ ਦੇ ਪਿਆਸੇ ਹੋ ਗਏ ਆ। ਇਹ ਦੋ ਮੁੱਖ ਪਾਰਟੀਆਂ ਬੈਠੀਆਂ ਜਿਹੜੀ ਬੀਜੇਪੀ, ਇੱਕ ਮਿੰਟ ਤੁਸੀਂ ਜ਼ਰੂਰ ਜਵਾਬ ਦਿਓ, ਬੀਜੇਪੀ ਨਵੀਂ ਸੱਤਾ ਦੇ ਅਜੇ ਇਹਨਾਂ ਨੂੰ ਮੂੰਹ ਨੂੰ ਲੱਗਾ ਆ ਸੱਤਾ ਦਾ ਜਿਹੜਾ ਸਵਾਦ, ਅਤੇ ਕਾਂਗਰਸ ਅਤੇ ਜਿਹੜੀ ਇਹ ਪੁਰਾਣੀ ਘਲਾਟੀ ਹੈਗੇ ਆ। ਕਾਂਗਰਸ ਕੋਈ ਘੱਟ ਨਹੀਂ ਕਰਦੇ ਰਹੀ ਸੰਵਿਧਾਨ ਦੇ ਨਾਲ, ਸੰਵਿਧਾਨ ਦੇ ਜਿਹੜੇ ਇਹਨੂੰ ਕਹਿੰਦੇ ਫੱਚਰੇ ਉਡਾਉਣ ਦੇ ਵਿੱਚ। ਮੈਨੂੰ ਪਤਾ ਕਿ ਜਿਹੜੀਆਂ 1967 ਦੇ ਵਿੱਚ ਸਰਕਾਰਾਂ ਕਿਵੇਂ ਗਰਾਈਆਂ ਗਈਆਂ, ਕਿਵੇਂ ਗਵਰਨਰੀ ਰਾਜ ਲਾਗੂ ਹੁੰਦਾ, ਕਿਵੇਂ ਐਮਰਜੈਂਸੀ ਲੱਗੀ ਸੀਗੀ, ਕਿਵੇਂ ਲੱਗੀ ਸੀ, ਸੰਵਿਧਾਨ ਦੇ ਫੱਚਰੇ ਉੱਡੇ ਸੀ ਕਿ ਨਹੀਂ ਉੱਡੇ ਸੀ। ਪਰ
ਉਹਦੇ ਤੋਂ ਵੱਧ 10 ਕਦਮ ਅੱਗੇ ਜਾ ਕੇ ਹੁਣ ਬੀਜੇਪੀ ਨੇ ਉਸ ਕਿਸਮ ਦਾ ਕਰ ਦਿੱਤਾ ਜਿਹੜਾ ਕੀ ਹੈ ਉਹ ਤਾਂ ਦੱਸੋ। ਮੈਂ ਇਹ ਗੱਲ ਕਹੀ ਆ ਕਿ ਕੀ ਮੈਂ ਨਹੀਂ ਕੀਤਾ ਇਹ ਹੈ ਕਿ ਅੱਧੀ ਰਾਤ ਨੂੰ, ਬਾਕੀ ਛੱਡ ਦਿਓ ਤੁਸੀਂ ਧਾਰਾ 370 ਹੋ ਸਾਰਾ ਕੁਝ ਛੱਡ ਦਿਓ ਤੁਸੀਂ ਜਿਸ ਢੰਗ ਨਾਲ ਹੋਇਆ, ਮੈਂ ਅੱਧੀ ਰਾਤ ਨੂੰ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਨੂੰ ਝੂਠ ਬੋਲ ਕੇ ਕਿ ਤੁਸੀਂ ਪ੍ਰੈਜ਼ੀਡੈਂਟ ਜਿਹੜਾ ਰਾਜ ਆ ਉਹਨੂੰ ਬਿਲਕੁਲ ਝੂਠ ਬੋਲਿਆ, ਪ੍ਰਧਾਨ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਝੂਠ ਵਾਪਸ ਆਊਂਗਾ ਤੁਹਾਡੇ ਕੋਲ। ਮਮਨ ਕਾਲੀ ਸਾਹਿਬ, ਕੱਲ ਤੁਸੀਂ ਇਸ ਡਿਬੇਟ ਵਿੱਚ ਬੈਠੇ ਸੀਗੇ ਜਦੋਂ ਬੀਜੇਪੀ ਦੇ ਬੁਲਾਰੇ ਇੱਥੋਂ ਕੁਰਸੀ ਛੱਡ ਕੇ ਜਾਂਦੇ ਪਏ ਸੀ, ਵਾਰ ਵਾਰ ਦੋ ਵਾਰ ਮੈਂ ਉਹਨਾਂ ਨੂੰ ਬਿਠਾਇਆ, ਤਾਂ ਇੱਥੇ ਸੁਪਰੀਮ ਕੋਰਟ ਨੇ ਕੁਰਸੀ ਖੋਲੀ ਪੱਕੇ ਤੌਰ 'ਤੇ। ਦੇਖੋ ਇੱਦਾਂ ਹੈਗਾ, ਜਿਹੜਾ ਤੁਸੀਂ ਸਵਾਲ ਰੇਜ਼ ਕੀਤਾ ਨਾ, ਇਹ ਬਹੁਤ ਸੀਰੀਅਸ ਔਰ ਬੜਾ ਇੰਪੋਰਟੈਂਟ ਹੈ ਅੱਜ ਦੇ ਸੰਦਰਭ ਦੇ ਵਿੱਚ। ਜਿਹੜੀ ਸੰਵਿਧਾਨ ਦੀ ਰਾਖੀ ਹੈ ਉਹ ਲੋਕਾਂ ਦੀ ਵਿਜੀਲੈਂਸ, ਲੋਕਾਂ ਦੀ ਜਾਗਰੂਕਤਾ ਕਰ ਸਕਦੀ ਹੈ। ਸੰਵਿਧਾਨ ਦੀ ਰਾਖੀ ਕਰਨ ਦਾ ਫਰਜ਼ ਪੋਲੀਟੀਕਲ ਪਾਰਟੀਜ਼ ਦਾ, ਔਰ ਸਰਕਾਰ ਦੇ ਜਿਹੜੇ ਤਿੰਨੇ ਅੰਗ ਹੈ, ਐਗਜ਼ੈਕਟਿਵ, ਲੈਜਿਸਲੇਚਰ ਅਤੇ ਜੁਡੀਸ਼ਰੀ, ਉਹਨਾਂ ਤਿੰਨਾਂ ਦਾ ਹੈਗਾ। ਲੇਕਿਨ ਦੋ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਇਸ ਵੇਲੇ ਉਹ ਹੈਗੀਆਂ ਕਿ ਧਾਰਾ 356 ਉਹਦਾ ਦੁਰਉਪਯੋਗ ਪਹਿਲਾਂ ਕਾਂਗਰਸ ਨੇ ਵੀ ਕੀਤਾ ਕਈ ਵਾਰ, ਆਪਾਂ ਜੰਮੂ ਕਸ਼ਮੀਰ 'ਚ ਦੇਖੀਏ, ਆਪਾਂ ਐਨ ਟੀ ਰਾਮਾ ਰਾਓ 'ਚ ਦੇਖੀਏ, ਔਰ ਹੁਣ ਆਪਾਂ ਉੱਤਰਾਖੰਡ ਹੋਰ ਕਈ ਜਗ੍ਹਾ 'ਤੇ, ਮਣੀਪੁਰ ਸਾਰੇ ਕਈ ਜਗ੍ਹਾ ਕੀਤਾ। ਦੂਸਰਾ ਜਿਹੜਾ ਹੈਗਾ ਗਵਰਨਰ ਦਾ ਰੋਲ, ਗਵਰਨਰ ਜਿਹੜਾ ਹੈਗਾ ਉਹ ਆਟੋਨਮਸ ਇੰਡੀਪੈਂਡੈਂਟਲੀ ਆਪਣਾ ਐਪਲੀਕੇਸ਼ਨ ਆਫ ਮਾਇੰਡ ਨਾਲ ਕੰਮ ਕਰੇ ਤਾਂ ਸੰਵਿਧਾਨ ਦੀ ਰਾਖੀ ਹੋ ਸਕਦੀ ਹੈ। ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਸੰਵਿਧਾਨ ਦੇ ਵਿੱਚ ਸਭ ਤੋਂ ਜ਼ਿਆਦਾ ਕੰਟਰੋਵਰਸ਼ੀਅਲ ਸ਼ੁਰੂ ਤੋਂ ਰਹੀਆਂ। ਖਾਲੀ ਸਾਹਿਬ, ਮੈਂ ਤਾਂ ਰੋਕਣਾ ਨਹੀਂ ਚਾਹੁੰਦਾ, ਮੇਰਾ ਇੱਕ ਸਵਾਲ ਹੈਗਾ ਕਿ ਗਵਰਨਰ ਸਾਹਿਬ ਨੂੰ ਇਸ ਪੂਰੇ ਪ੍ਰਕਰਨ 'ਤੇ ਕੀ ਮਾਫ਼ੀ ਮੰਗਣੀ ਚਾਹੀਦੀ ਹੈ? ਦੇਖੋ ਜੀ, ਮੈਂ ਤਾਂ ਕਹਿੰਦਾ ਇਸ ਸਿਚੁਏਸ਼ਨ ਦੇ ਵਿੱਚ ਗਵਰਨਰ ਨੂੰ ਅਸਤੀਫਾ ਦੇਣਾ ਚਾਹੀਦਾ। ਅਸਤੀਫਾ ਦੇਣਾ ਚਾਹੀਦਾ, ਮੈਂ ਸਿਰਫ ਉੱਪਰਲੀ ਗੱਲ ਨਹੀਂ ਕਰਦਾ, ਉਹਦੀ ਵਜ੍ਹਾ ਹੈਗੀ ਹੈ ਜਿਸ ਵੇਲੇ ਫੜਨਵੀਸ ਨੇ ਗਵਰਨਰ ਨੂੰ ਕਿਹਾ ਕਿ ਮੇਰੇ ਕੋਲ ਮੈਜੋਰਿਟੀ ਹੈਗੀ ਹੈ, ਅਤੇ ਨਾਲ ਇੱਕ ਪੇਜ ਲੱਗਿਆ ਹੋਇਆ ਸੀਗਾ ਜਿਹਦੇ ਕਿ ਅਜੀਤ ਪਵਾਰ ਦੀ 54 ਜਾਂ ਜਿਹੜੇ ਐਨ ਸੀ ਪੀ ਦੇ ਵਿਧਾਇਕਾਂ ਦਾ ਸਮਰਥਨ ਸੀਗਾ, ਉਹ ਸਮਰਥਨ ਐਸਰਟੇਨ ਜਾਂ ਉਹਨੂੰ ਪੱਕਾ ਨਹੀਂ ਕੀਤਾ ਗਵਰਨਰ ਨੇ, ਕਿ ਗਵਰਨਰ ਜਿਹੜਾ ਹੈਗਾ ਉਹ ਇਹ ਕਹਿ ਰਹੇ ਕਿ ਵਾਕਈ ਉਹਨਾਂ ਨੂੰ ਸਮਰਥਨ ਹੈ। ਹੁਣ ਕੰਸਟੀਟਿਊਸ਼ਨ ਕੀ ਕਹਿੰਦਾ? ਟੂ ਦਾ ਸੈਟਿਸਫੈਕਸ਼ਨ ਆਫ ਦਾ ਗਵਰਨਰ। ਹੁਣ ਗਵਰਨਰ ਦੀ ਸੈਟਿਸਫੈਕਸ਼ਨ ਵੀ ਤਾਂ ਕੁਆਲੀਫਾਈ ਹੋਣੀ ਚਾਹੀਦੀ ਹੈ ਨਾ, ਵੀ ਉਹਨੇ ਕਿਆ ਵਾਕਈ ਸੈਟਿਸਫਾਈ ਕੀਤਾ ਆਪਣੇ ਆਪ ਨੂੰ। ਸਵਾਲ ਇਹ ਵੀ ਹੈਗਾ, ਗਵਰਨਰ ਹੁਣ ਇਕੱਲੇ ਇਕੱਲੇ ਵਿਧਾਇਕ ਨੂੰ ਥੋੜੀ ਚੈੱਕ ਕਰੂਗਾ? ਨਹੀਂ ਨਹੀਂ ਨਹੀਂ, ਦੇਖੋ ਨਾ 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 ਨਾ, ਦੇਖੋ ਇਦਾਂ ਹੈਗਾ, ਮੈਂ ਤੁਹਾਨੂੰ ਦੱਸਦਾ, ਜਿਹੜਾ ਗਵਰਨਰ ਕੋਲ ਚਿੱਠੀ ਗਈ ਹੈ ਉਹ ਸਮਰਥਨ ਦੀ ਚਿੱਠੀ ਹੈ ਹੀ ਨਹੀਂ। ਗਵਰਨਰ ਨੇ ਇਹ ਨਹੀਂ ਦੇਖਿਆ ਕਿ ਐਨ ਸੀ ਪੀ ਦੇ ਵਿਧਾਇਕਾਂ ਦੀ ਚਿੱਠੀ ਸਮਰਥਨ ਦੀ ਚਿੱਠੀ ਨਹੀਂ ਹੈ। ਉਹ ਲੈਟਰ ਹੈ ਜਿਹਦੇ ਵਿੱਚ ਅਜੀਤ ਪਵਾਰ ਨੂੰ ਬਣਾਇਆ ਗਿਆ ਸੀਗਾ ਉਹਦਾ ਵਿਧਾਇਕ ਦਲ ਦਾ ਨੇਤਾ, ਉਸ ਕਰਕੇ ਨਾ ਨਹੀਂ ਨਹੀਂ ਉਹ ਨਹੀਂ ਡਿਸਾਈਡ ਕਰ ਸਕਦਾ, ਉਹ ਨਹੀਂ ਡਿਸਾਈਡ ਕਰ ਸਕਦਾ ਉਸ, ਇਸ ਕਰਕੇ ਇਹ ਜਿਹੜਾ ਸੀਗਾ ਗਵਰਨਰ ਦੇ, ਗਵਰਨਰ ਨੂੰ ਤਾਂ ਬਿਲਕੁਲ ਇੱਕ ਮਿੰਟ ਵੀ ਰਹਿਣ ਦਾ ਅਧਿਕਾਰ ਹੈ ਹੀ ਨਹੀਂ। ਠੀਕ ਹੈ, ਇੱਕ ਛੋਟਾ ਬ੍ਰੇਕ ਮੈਂ ਆ ਰਿਹਾ ਵਾਪਸ ਆ ਰਿਹਾ, ਗੁਰਬਿੰਦਰ ਵਾਪਸ ਆਉਂਗਾ ਨਹੀਂ ਇਦਾਂ ਨਾ ਕਰੋ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਸੰਵਿਧਾਨ ਸਾਨੂੰ ਹੱਕ ਦਿੰਦਾ ਕਿ ਅਸੀਂ ਆਪਣੀ ਆਵਾਜ਼ ਰੱਖ ਸਕੀਏ, ਆਪਣਾ ਪੱਖ ਰੱਖ ਸਕੀਏ, ਅਤੇ ਸੰਵਿਧਾਨ ਦੇ ਹੱਕ ਦੇ ਤਹਿਤ ਹੀ ਅਸੀਂ ਇੱਥੇ ਬੈਠੇ ਹਾਂ। ਇਸ ਕਰਕੇ ਸਵਾਲ ਪੁੱਛਦੇ ਪਏ ਹਾਂ, ਸੰਵਿਧਾਨ ਦਾ ਰਾਖਾ ਕੌਣ? ਇਹ ਸਵਾਲ ਬੜਾ ਮਹੱਤਵਪੂਰਨ ਪੁੱਛਿਆ ਗਿਆ ਹੈਗਾ ਕਿ ਰਾਜਪਾਲ ਨੂੰ ਹੁਣ ਕਰਨਾ ਕੀ ਚਾਹੀਦਾ? ਬ੍ਰੇਕ ਤੋਂ ਵਾਪਸ ਆ ਕੇ ਫਿਰ ਸਵਾਲ ਪੁੱਛੂੰਗਾ ਜ਼ਰੂਰ। ਇੱਕੋ ਪੁੱਛਣੇ ਵੱਡਾ ਸਵਾਲ ਸੀ, ਪੁੱਛਣੇ ਮਹਾਰਾਸ਼ਟਰ ਦੀ ਸਿਆਸੀ ਸ਼ਤਰੰਜ ਨੇ ਕੀ ਸਾਬਿਤ ਕੀਤਾ? ਕੇਵਲ ਢਿੰਗਰਾ, ਮੈਨੂੰ ਇੱਕ ਸਵਾਲ ਦਾ ਬੜਾ ਇਮਾਨਦਾਰ ਨਾਲ ਤੁਹਾਡੇ ਤੋਂ ਜਵਾਬ ਚਾਹੀਦਾ। ਜਿਹੜਾ ਕੁਛ ਤੁਸੀਂ ਕਰਦੇ ਰਹੇ ਹੋ ਬੀਜੇਪੀ ਵੀ ਉਹੀ ਕੁਛ ਕਰ ਰਹੀ ਹੈ। ਨਹੀਂ, ਅਸੀਂ ਕੀ ਕਰਦੇ ਰਹੇ ਹਾਂ ਜੀ? ਕੇਪੀ ਸਿੰਘ ਜੀ, ਮੈਂ ਤਾਂ ਤੁਹਾਨੂੰ ਸਾਫ਼ ਗੱਲ ਕਹਿ ਰਿਹਾ, ਜਿਹੜੀ ਕਨਸਟੀਟਿਊਸ਼ਨ ਜਿਹੜਾ ਬਣਿਆ, ਸੰਵਿਧਾਨ ਦਿਵਸ ਵਾਲੇ ਦਿਨ ਤੁਹਾਨੂੰ ਦੱਸਣਾ ਪਊਗਾ, ਐਮਰਜੈਂਸੀ ਬਾਰੇ ਤੁਹਾਨੂੰ ਦੱਸਣਾ ਪਊਗਾ, ਸਰਕਾਰਾਂ ਤੁਸੀਂ ਕਿਵੇਂ ਦੇਖਦੇ ਹੋ, ਇਹ ਘੋੜੇ ਤੁਸੀਂ ਕਿਵੇਂ ਖਰੀਦੇ? ਨਹੀਂ ਦੇਖੋ, ਮੇਰੀ ਸਵਾਲ ਮੇਰੇ ਤੋਂ ਪੁੱਛਿਆ ਦਾ ਜਵਾਬ ਲਓ। ਹਾਂ, ਦੋ ਫਿਰ ਜਵਾਬ। ਜਵਾਬ ਇਹ ਹੈ ਕਿ ਕਨਸਟੀਟਿਊਸ਼ਨ ਜਦੋਂ ਬਣਿਆ ਉਸ ਦੇ ਵਿੱਚ ਕਿਹਦਾ ਰੋਲ ਰਿਹਾ? ਕਨਸਟੀਟਿਊਸ਼ਨ ਦੇ ਵਿੱਚ ਰੋਲ ਹੀ ਕਾਂਗਰਸ ਦਾ ਰਿਹਾ, ਬਣਾਉਣ ਦੇ ਵਿੱਚ ਵੀ ਰੋਲ ਕਾਂਗਰਸ ਦਾ ਰਿਹਾ। ਉਹ ਜਿਹੜਾ ਬੰਦਾ ਆਪਣੀ ਚੀਜ਼ ਬਣਾਉਂਦਾ ਉਹ ਉਹਨੂੰ ਤੋੜਦਾ ਨਹੀਂ। ਜਿਹੜੇ ਲੋਕ ਆ ਹੈਗੇ ਨੇ, ਜਿਹੜੇ ਹੁਣ ਪਾਰਟੀ ਦੇ ਵਿੱਚ ਆਏ ਨੇ, ਤੁਹਾਡੇ ਤੇ ਨਾ ਸਾਹਮਣੇ ਹੱਸਣਗੇ ਲੋਕ ਜਿਹੜੇ, ਨਹੀਂ ਕੁਛ ਨਹੀਂ ਹੱਸਣਗੇ। ਇਹ ਗੱਲਾਂ ਜਿਹੜੀਆਂ ਨੇ ਜਿਸ ਹਿਸਾਬ ਨਾਲ ਤੋੜ ਮਰੋੜ ਕੇ ਜਿਸ ਤਰ੍ਹਾਂ ਪੇਸ਼ ਕੀਤੀਆਂ ਜਾ ਰਹੀਆਂ ਨੇ, ਮੈਂ ਸਧਾਰਨ ਅਸਲ ਦੇ ਵਿੱਚ ਗਵਰਨਰ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਜਿਹਦੇ ਉੱਤੇ ਲੱਗਦਾ ਹੈ। ਢਿੰਗਰਾ ਸਾਹਿਬ ਛੱਡੋ, ਹਾਂਜੀ, ਗਵਰਨਰ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ।
ਖਾਲੀ ਸਾਹਿਬ ਕਹਿ ਰਹੇ ਨਹੀਂ ਦੇਖੋ ਗੱਲ ਸੁਣੋ ਨਾ ਪਹਿਲਾਂ ਤੁਸੀਂ ਮੇਰੀ ਗੱਲ ਪੂਰੀ ਹੋਣ ਦਿਓ ਮੈਂ ਤੁਹਾਨੂੰ ਇੱਕ ਗੱਲ ਵਰਡ ਕਹਿਣਾ ਚਾਹੁੰਦਾ ਤੁਹਾਨੂੰ ਸਾਰੀ ਗੱਲ ਸਮਝ ਆ ਜਾਏਗੀ ਜਿਹੜੇ ਆਦਮੀ ਦੇ ਉੱਤੇ ਈਡੀ ਦੇ ਉੱਤੇ ਈਡੀ ਚਾਰਜ ਲਾਉਂਦੀ ਹੈ 7,000 ਕਰੋੜ ਦਾ ਅਗਲੇ ਦਿਨ ਉਹਨੂੰ ਈਡੀ ਕਲੀਨ ਚਿੱਟ ਦਿੰਦੀ ਹੈ ਉਹਦੇ ਪਿੱਛੇ ਕੌਣ ਹੈ ਸਭ ਤੋਂ ਪਹਿਲਾਂ ਉਸ ਆਦਮੀ ਨੂੰ ਉਹਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ ਇਹ ਬੋਲੋ ਨਾ ਕਿਹੜੇ ਸਿੱਧੀ ਸਿੱਧੀ ਮੋਦੀ ਜੀ ਔਰ ਅਮਿਤ ਸ਼ਾਹ ਕਿੱਧਰ ਲੈ ਜਾਂਦੇ ਸਿੱਧੀ ਮੋਦੀ ਜੀ ਔਰ ਅਮਿਤ ਸ਼ਾਹ ਸਾਡੇ ਦੇਸ਼ ਦਾ ਸੰਵਿਧਾਨ ਦਾ ਖੇਡਣ ਦਾ ਕੰਮ ਹੈ ਤੁਸੀਂ ਬਣਾ ਇਹ ਸਭ ਤੋਂ ਵੱਡੀ ਇਸੀ ਇਲੈਕਸ਼ਨ ਤੋਂ ਇਲੈਕਸ਼ਨ 7,000 ਕਰੋੜ ਦੇ ਚਾਰਜ ਦੇ ਵਿੱਚ 40 ਅਜੀਤ ਪਵਾਰ ਅਜੀਤ ਪਵਾਰ ਹੁਣ ਪਾਕ ਸਾਫ ਹੈ ਮੈਂ ਕਹਿ ਰਿਹਾ ਕਿ ਉਹ ਈਡੀ ਦੀ ਜਾਂਚ ਖੋਲਣ ਵਾਲੇ ਵੀ ਇਹੀ ਔਰ ਈਡੀ ਦੀ ਜਾਂਚ ਬੰਦ ਕਰਨ ਵਾਲੇ ਵੀ ਇਹੀ ਹੁਣ ਤੁਸੀਂ ਇਹ ਦੇਖ ਲਓ ਵੀ ਇਹ ਕੀ ਕੰਮ ਕਰ ਰਹੀ ਹੈ ਬੀਜੇਪੀ ਦੀ ਸਰਕਾਰ ਜੇ ਜਾਂਚ ਵਿੱਚ ਜੇ ਦੇਸ਼ ਦੇ ਵਿੱਚ ਹਰ ਆਦਮੀ ਦੀਆਂ ਚਿੱਠੀਆਂ ਖੋਲ ਕੇ ਫਾਈਲਾਂ ਖੋਲ ਕੇ ਹਰ ਆਦਮੀ ਦੀ ਕੱਚੇ ਚਿੱਠੇ ਬਣਾ ਕੇ ਧੋਖੇ ਨਾਲ ਬਣਾ ਕੇ ਹਰ ਨੇਤਾ ਨੂੰ ਮਿਸਲੀਡ ਕਰਕੇ ਇਸ ਤਰ੍ਹਾਂ ਸਰਕਾਰਾਂ ਬਣਾਉਣ ਗਈਆਂ ਚਾਹੇ ਉਹ ਗੋਆ ਹੋਏ ਟਿੰਗਰਾ ਸਾਹਿਬ ਚਲ ਹੋਏ ਇੱਕ ਮਿੰਟ ਟਿੰਗਰਾ ਸਾਹਿਬ ਇਹਦਾ ਨਾ ਕਰੋ ਯਾਰ ਮੈਂ ਵਾਰ ਵਾਰ ਤੁਹਾਨੂੰ ਕਹਿ ਰਿਹਾ ਇਹਦਾ ਨਾ ਕਰੋ ਕਿਹੜਾ ਸਟੇਟ ਛੱਡਿਆ ਇਹਨਾਂ ਨੇ ਦਰਸ਼ਕਾਂ ਨੂੰ ਕੀ ਸਮਝਾ ਕੇ ਤਾਂ ਬੋਲੀਆਂ ਨੇ ਸਾਰੇ ਜਣੇ ਇੱਕ ਮਿੰਟ ਟਿੰਗਰਾ ਸਾਹਿਬ ਮੈਂ ਸਵਾਲ ਬੜਾ ਤੁਹਾਨੂੰ ਸਧਾਰਨ ਕੀਤਾ ਸੀਗਾ ਗਵਰਨਰ ਸਾਹਿਬ ਨੂੰ ਕੀ ਅਸਤੀਫਾ ਦੇ ਦੇਣਾ ਚਾਹੀਦਾ ਦੇਖੋ ਇਹ ਤਾਂ ਸੰਵਿਧਾਨਿਕ ਮਾਮਲਾ ਹੈਗਾ ਇਹਦੇ ਵਿੱਚ ਕੋਰਟ ਤੁਸੀਂ ਕੋਈ ਡਿਮਾਂਡ ਕਰਦੇ ਕਿ ਨਹੀਂ ਕਰਦੇ ਸਾਡੀ ਡਿਮਾਂਡ ਕਰਦੇ ਸਾਡੀ ਡਿਮਾਂਡ ਜੋ ਡਿਮਾਂਡ ਮਨਜੀਤ ਸਿੰਘ ਜੀ ਨੇ ਕੀਤੀ ਹੈ ਕਿ ਉਹਨਾਂ ਨੂੰ ਦੇਣਾ ਚਾਹੀਦਾ ਅਸਤੀਫਾ ਤੇ ਮੇਰੀ ਵੀ ਇਹੀ ਡਿਮਾਂਡ ਹੈ ਕਿ ਜੇ ਅਗਰ ਕੋਈ ਕਾਨੂੰਨ ਦੇ ਤਹਿਤ ਉਲੰਘਣਾ ਹੋਏ ਤਾਂ ਬੰਦਾ ਨੂੰ ਆਪਣੇ ਆਪ ਆਪਣੀ ਪੋਸਟ ਛੱਡ ਦੇਣੀ ਚਾਹੀਦੀ ਹੈ ਸੁਪਰੀਮ ਕੋਰਟ ਕਿਉਂ ਉਲੰਘਣਾ ਹੋ ਚੁੱਕੀ ਜਿਹੜੀ ਸੁਪਰੀਮ ਕੋਰਟ ਨੇ ਵੱਡੀ ਦਿੱਤਾ ਉਹਨਾਂ ਨੂੰ ਚਾਹੀਦਾ ਇਹ ਹੈ ਕਿ ਆਪਣੇ ਆਪ ਛੱਡ ਦੇਣਾ ਚਾਹੀਦਾ ਕਿਸੇ ਦੇ ਕਹਿਣ ਦੇ ਬਾਵਜੂਦ ਜਿਸ ਤਰ੍ਹਾਂ ਬੀਜੇਪੀ ਗਵਰਨਰ ਦਾ ਨਾ ਕਰੋ ਪਲੀਜ਼ ਗੁਰਪ੍ਰੀਤ ਢਿੱਲੋਂ ਜੀ ਗਵਰਨਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਖਾਲਿਦ ਸਾਹਿਬ ਗਵਰਨਰ ਨੇ ਕੋਈ ਵੀ ਅਸੰਵਿਧਾਨਿਕ ਕੰਮ ਨਹੀਂ ਕੀਤਾ ਗਵਰਨਰ ਦਾ ਜੋ ਬਣਦਾ ਹੈ ਉਹਨੇ ਉਸੇ ਟਾਈਪ ਨਾਲ ਕੰਮ ਕੀਤਾ ਗਵਰਨਰ ਸਾਹਿਬ ਨੇ ਸਭ ਤੋਂ ਪਹਿਲਾਂ ਇੱਕ ਰਸਮ ਹੁੰਦੀ ਹੈ ਕਿ ਸਭ ਤੋਂ ਵੱਡੀ ਪਾਰਟੀ ਨੂੰ ਨਿਯੋਤਾ ਦਿੱਤਾ ਜਾਂਦਾ ਹੈ ਸਰਕਾਰ ਬਣਾਉਣ ਦਾ 105 ਵਿਧਾਇਕ ਸਾਡੇ ਸੀਗੇ ਸਭ ਤੋਂ ਵੱਡੀ ਲਾਰਜੈਸਟ ਪਾਰਟੀ ਹੋਣ ਦੇ ਨਾਤੇ ਆਪਣੇ ਦਵਿੰਦਰ ਫੜਨਵੀਸ ਨੂੰ ਬੁਲਾਇਆ ਗਿਆ ਦਵਿੰਦਰ ਫੜਨਵੀਸ ਨੇ ਉਸ ਦਿਨ ਕਿਹਾ ਕਿ ਮੇਰੇ ਕੋਲ ਅੰਕੜਾ ਨਹੀਂ ਹੈਗਾ ਇਸ ਕਰਕੇ ਮੈਂ ਸਰਕਾਰ ਨਹੀਂ ਬਣਾ ਸਕਦਾ ਉਹਨਾਂ ਨੇ ਦੂਜੇ ਬੰਦੇ ਨੂੰ ਬੁਲਾਇਆ ਦੂਜੇ ਨੰਬਰ 'ਤੇ NCP ਆਉਂਦੀ ਸੀਗੀ 56 ਵਿਧਾਇਕਾਂ ਦੇ ਨਾਲ ਉਹਨਾਂ ਨੇ NCP ਨੂੰ ਬੁਲਾਇਆ NCP ਨੇ ਉਦੋਂ ਵਾਪਸ ਆ ਗਈ ਫਿਰ NCP ਤੋਂ ਸ਼ਿਵ ਸੈਨਾ ਤੋਂ ਬਾਅਦ NCP ਨੂੰ ਬੁਲਾਇਆ ਗਿਆ NCP ਨੂੰ ਪੁੱਛਿਆ ਗਿਆ ਉਸ ਤੋਂ ਬਾਅਦ ਜਦੋਂ ਕੋਈ ਫਾਰਮੂਲਾ ਨਹੀਂ ਬਣ ਰਿਹਾ ਸੀਗਾ ਕੋਈ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ ਸੀ ਇੱਕ ਗਵਰਨਰ ਰੂਲ ਉੱਥੇ ਲੱਗ ਗਿਆ ਉਸ ਤੋਂ ਇੱਕ ਲੈਟ ਵੀ ਕੰਪਲੀਟ ਹੋਣ ਵਿੱਚ ਇੱਕ ਮਿੰਟ ਦੱਸਿਓ ਨਾ ਕਿੱਥੇ ਗਲਤ ਹੋਏ ਹੋ ਕਿਤੇ ਵੀ ਨਹੀਂ ਇੱਕ NCP ਨਾਲ ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ ਜਦੋਂ ਕੋਈ ਰਸਤਾ ਨਹੀਂ ਨਜ਼ਰ ਆਇਆ ਤਾਂ ਉਹਨਾਂ ਨੇ ਇਦਾਂ ਕੀਤਾ ਉਸ ਤੋਂ ਬਾਅਦ ਕਵਾਇਦ ਸ਼ੁਰੂ ਕੀਤੀ ਇਹਨਾਂ ਨੇ ਪਾਰਟੀਆਂ ਨੇ ਤਿੰਨਾਂ ਨੇ ਰਲ ਕੇ ਕਿ ਸ਼ਾਇਦ ਅਸੀਂ ਸਰਕਾਰ ਬਣਾ ਲਈਏ ਔਰ ਸਭ ਤੋਂ ਵੱਡੀ ਗੱਲ ਤਾਂ ਸ਼ਿਵ ਸੈਨਾ ਧੋਖਾ ਦੇਣ ਵਾਲੀ ਹੈ ਸ਼ਿਵ ਸੈਨਾ ਨੇ ਪਹਿਲਾਂ ਜਦੋਂ BJP ਦੇ ਨਾਲ ਰਲ ਕੇ ਮੈਂਡੇਟ ਲਿਆ ਲੋਕਾਂ ਨੇ ਵੋਟਾਂ ਇਸ ਕਰਕੇ ਪਾਈਆਂ ਤੁਸੀਂ ਦੋਵੇਂ ਇਕੱਠੇ ਹੋ ਇੱਕ ਇਹਨਾਂ ਨੂੰ ਪੂਰਾ ਫੁੱਲ ਮੈਂਡੇਟ ਦਿੱਤਾ ਸਰਕਾਰ ਬਣਾਉਣ ਦਾ ਸ਼ਿਵ ਸੈਨਾ ਨੇ ਆਪਣੀ ਗੱਦੀ ਦੇ ਲਾਲਚ ਦੇ ਕਰਕੇ ਉੱਥੋਂ ਭੱਜੀ ਹੈ ਸ਼ਿਵ ਸੈਨਾ ਨੇ ਤੁਹਾਨੂੰ ਧੋਖਾ ਦਿੱਤਾ ਮੇਰੀ ਸੁਣ ਲਓ ਢਿੱਲੋਂ ਸਾਹਿਬ ਸ਼ਿਵ ਸੈਨਾ ਨੇ ਸਾਡੇ ਨਾਲ ਰਲ ਕੇ ਇਲੈਕਸ਼ਨ ਲੜੀ ਹੈ 30 ਸਾਲ ਦਾ ਸਾਡੇ ਨਾਲ ਹੈ ਅੱਜ ਅੱਧੀਆਂ ਸੀਟਾਂ ਉਹਨਾਂ ਕੋਲੇ ਹੈ BJP 105 ਤੇ ਖੜੀ ਉਹ 56 ਤੇ ਖੜੇ ਨੇ ਉਹਨਾਂ ਦਾ ਤਾਂ ਪਹਿਲਾਂ ਨੈਤਿਕਲੀ ਇਹ ਬਣਦਾ ਹੀ ਨਹੀਂ ਸੀ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੋਏਗਾ ਇਸ ਵਜ੍ਹਾ ਨਾਲ ਉਹਨਾਂ ਜਾ ਕੇ ਦੂਜੇ ਪਾਸੇ ਗਠਬੰਧਨ ਕਰਕੇ ਸ਼ਿਵ ਬਗੈਰ ਮਤਲਬ ਦੀ ਜਿੱਦ ਜਿਹੜੀ ਕਿ ਬਿਲਕੁਲ ਨਾਮਰਾਜ ਜਿੱਦ ਸੀਗੀ ਉਹਨਾਂ ਨੇ ਕਰਕੇ ਆਪਣਾ ਇਹਨਾਂ ਦਾ NCP ਔਰ ਸਾਰਿਆਂ ਨਾਲ ਰਲ ਕੇ ਕਰਨ ਦੀ ਕੋਸ਼ਿਸ਼ ਕੀਤੀ
फिर इन्होंने कोई उन्होंने पत्र नहीं दिता, कुछ नहीं दिता, सत्त अठ दिन जी गेम कभी ये पाले च कभी वो पाले च गवर्नर ने की करते वे फिर अजीत पवार उठ के आते हैं वो अपने विधायक दल के नेता चुने गए ने नेता विधायक दल होने के नाते उन्होंने को पूरा उन्होंने सब एम एल ए जी सपोर्ट का लैटर बिकॉज वो उन्होंने लीडर है होने के नाते उन्होंने आके अप्रोच की उन्होंने अगों आके अप्रोच की बीजेपी और फडणवीस ने दसा कि मेरे को 54 एम एल ए लिस्ट हैगी है तो आप सरकार बना सकते हैं फिर गवर्नर जी को जो बीजेपी जाती है और उन्होंने दिखाई है भी आ साढ़े को पूरे एम एल ए की लिस्ट हैगी है दैन गवर्नर कहता भी ठीक है तुम सोच चुक लो ये गवर्नर बीजेपी कितने गलत है दोनों पार्टियां के बुलारे है जो पता नहीं कि जोश में है मैं नहीं समझ आ रही है मोहम्मद खाली साहब जो नहीं बीजेपी हाई कमान की हार हुई है देखो फडणवीस एक मोहरा है इनफैक्ट सारा कुछ जिहड़ा हैगा वह तो सेंटर लीडरशिप ही करती है चाहे वो अपना नरेंद्र मोदी प्राइम मिनिस्टर जनता ने मैंडेट देता है एक मिनट प्लीज ऐसा ना करो गवर्नमेंट ऐसा ना करो एक तो बैकडोर एंट्री या प्रेसिडेंट जेड़ा पार्टी का प्रेसिडेंट है यानी जेड़ा हैगा उतों ही फैसला होंदा है कि सरकार बनाई जाए तो ये देखो भी प्राइम मिनिस्टर का रात को रात के नेरे दे विच स्पेशल पावर्स का इस्तेमाल करना हालांकि कैबिनेट बुलानी चाहिए है अगर प्रेसिडेंट रूल खत्म करना है लेकिन वो स्पेशल पावर्स का इस्तेमाल करना पर, और सवेरे सुनो खाली साहब जी कंस्टीट्यूशन की गल कर रहे हो तुसी बहुत उनके माहर भी है क्यों सवाल है जो ये सारा कुछ पावर्स इस्तेमाल किया गया उनके एक लाइन ये भी लिखी हुई है कि तुसी जो हटाना है राष्ट्रपति शासन उदो जरूरी नहीं है कैबिनेट की मीटिंग नहीं नहीं कैबिनेट की मीटिंग होनी चाहिए है लेकिन स्पेशल पावर स्पेशल पावर सैक्शन सत्त भी है सैक्शन बारह भी ठीक है सैक्शन सत्त है कि कैबिनेट बुलानी चाहिए है सैक्शन बारह के प्राइम मिनिस्टर अपनी स्पेशल पावर इस्तेमाल कर सकता है ठीक है लेकिन सवाल यह है कि इन्नी किन्नी काली सीगी भी रात नु दो ऑपरेशन मैंने कल भी शायद कहा सीगा कितने दिन लग गए दो ऑपरेशन लो इंटरप्ट करो दो ऑपरेशन ऐसे हुए हैं रीसेंटली इलेक्शन रिजल्ट रीसेंटली एक मिनट पानी पी लो तुसी पानी पी लो रीसेंटली दो ऑपरेशन ऐसे हुए हैं एक तो सीबीआई दे उनु हटाना वो भी रातों रात सारा कुछ होया सीगा अगर तुम्हें याद हो इसे तरीके नाल ए ऑपरेशन तुसी देखो राती सवेरे 5 बजे यह होंगे रात को 12:30 बजे हो रहा ना गवर्नर सौ रहा ना गवर्नर का सैक्रेटरी सौ रहा ना PMO सौ रहा ना MHA सौ रहा यदा मतलब है कोई बहुत ही ज्यादा प्रधानमंत्री 24 घंटे काम करता है यदा मतलब यह है कि तुसी कोई ना कोई ऐसी चीज़ करना चाहते हो जेडे कि दिन के चानने के विच तुहानू सूट नहीं करती रातों रात करनी पेगी तुसी इमेजिन करो कि 8:30 बजे शपथ लेती है तो जो दोनों कैंडीडेट हैं चीफ मिनिस्टर के वह 5:30 बजे उत्थे पहुँच गए हैं कि जी बैलां दे रहे हैं कि सानू शपथ कराओ ये सारिया चीज़ा जीडिया है सारिया नॉर्मल तरीके हो सकती हैं लेकिन वह तां होंदियां जे वो तत्प्रति ना होंगी वो तत्प्रति इस करके सीगी वो जल्दी इस करके सीगी क्योंकि समथिंग रोंग वॉज गोइंग टू हैपन और वो हैपन होया क्योंकि गवर्नर ने विदाउट सैटिस्फाइंग हिमसेल्फ के बाकी उदे कोल सपोर्ट हैगी है उन्हें दोनों शपथ ला दी हैंकी पैंकी कितने है खाली साहब ने कहा कि दिन रात सब कुछ यह किया जा रहा है हुण डे ने टैसट मैच भी शुरू हो चुके हैं तो इस टैसट मैच के दौर T20 खेडिया जा रहा है सियासत के वलों तो उदों पिंक बॉल है जिहड़ी वह पता नहीं किन्दे हिस्से आ रही हैगी है तो सवाल यह है कि जो संविधान की राखी की गल आती हैगी है संविधान कोई खेड नहीं है ना कोई मजाक है संविधान साढ़े देश नूं चलाउण दा वह दस्तावेज हैगा जिस नूं असीं सोहां चुक के ते जिस दी राखी दे लई असीं सारे पहरा दिंदे हैगे आ ते जिहड़े सारे थम हैगे उहनां नूं पहरा देना पवेगा ते इस करके सवाल बड़ा महत्वपूर्ण हैगा संविधान दा राखा कौन है इस डिबेट नूं संजीदगी नाल करन दी कोशिश कर रहे हैं पर जिस तरीके नाल सियासत इस डिबेट नूं चलाउणा चाह रही है उवें नहीं चलेगी क्योंकि संविधान ने सारिआं नूं हक दित्ता बोलण दा ब्रेक तों वापस आ रहे हां महाराष्ट्र की सियासी शतरंज ने की साबित किया सी इस सवाल पर बहस कर रहे हैं प्रसमजीत सिंह जिहो जी बहस होनी चाहिए है मैनू उस उम्मीद दे नालों मैं पासे हैगा वो बहस है जिहड़ी हजे तक नहीं आएगी जो मैं बहस चाहुंदा हैगा सवाल यह हैगा कि किसी भी सियासी धिर ते असी कोई अखा मीच के विश्वास नहीं कर पा रहे
ਸਾਰਿਆਂ ਨੇ ਆਪਦੇ ਆਪਦੇ ਸਮੇਂ 'ਤੇ ਸਭ ਕੁਛ ਕੀਤਾ ਹੈਗਾ। ਹੁਣ ਸਭ ਤੋਂ ਵੱਡਾ ਸਵਾਲ ਹੈਗਾ ਕਿ ਇਹ ਸੰਵਿਧਾਨ ਦੀ ਰਾਖੀ ਵਾਲੇ ਦਿਨ ਕਿ ਵਿਚਾਰਧਾਰਾ ਦੀ ਰਾਖੀ ਹੈ ਜਿਹੜੀ ਉਸ ਨੂੰ ਹੀ ਪਾਸੇ ਕਰ ਦਿੱਤਾ ਗਿਆ ਹੈਗਾ। ਜਿਹੜੀ ਵਿਚਾਰਧਾਰਾ ਵਾਲੀਆਂ ਵੱਖੋ ਵੱਖਰੀਆਂ ਪਾਰਟੀਆਂ ਸੀਗੀਆਂ ਉਹ ਆਪਸ ਵਿੱਚ ਇਹ ਸਮਝੌਤੇ ਕਰਦੇ ਪਏ ਆ, ਜਿਵੇਂ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਮਿਲ ਗਿਆ ਹੁੰਦਾ। ਸ਼ਿਵ ਸੈਨਾ ਹਿੰਦੂਤਵ ਦੀ ਵਿਚਾਰਧਾਰਾ 'ਤੇ ਕੰਮ ਕਰਦੀ ਹੈ, ਬੀਜੇਪੀ ਦੇ ਅਲਾਇੰਸ ਸੀ ਉਹ, ਕਾਂਗਰਸ ਹੁਣ ਉਹਦੇ ਨਾਲ ਜੱਫੀਆਂ ਪਾ ਰਹੀ ਹੈ। ਦੇਖੋ ਜਦੋਂ ਇਹ ਸੰਵਿਧਾਨ ਬਣਿਆ ਨਾ ਉਹ ਕਿਸੇ ਵਿਚਾਰਧਾਰਾ ਦੇ ਤਹਿਤ ਬਣਿਆ ਸੀ, ਔਰ ਇਹ ਜਿਸ ਤਰ੍ਹਾਂ ਟਿੰਗਰਾ ਜੀ ਕਹਿ ਰਹੇ ਸੀਗੇ ਕਿ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹ ਕਿਉਂ ਤੋੜਨਗੇ, ਜਿਨ੍ਹਾਂ ਨੇ ਧਰਮ ਬਣਾਇਆ ਉਹੀ ਧਰਮ ਦੇ ਜਿਹੜੇ ਆ ਬਿਲਕੁਲ ਉਲੰਘਣਾ ਕਰ ਰਹੇ ਆ, ਉਹੀ ਧਰਮ ਆ ਧਰਮੀ ਬੰਦੇ ਬਿਲਕੁਲ ਉਹ ਤੋਂ ਉੱਪਰ ਉਹਦੇ ਬਿਲਕੁਲ ਉਲਟ ਹੋ ਜਾਂਦੇ ਜੋ ਧਰਮ ਉਹਨਾਂ ਨੂੰ ਸਿੱਖਿਆ ਦਿੰਦਾ। ਇਸ ਤਰ੍ਹਾਂ ਹੀ ਸੰਵਿਧਾਨ ਬਣਾਉਣ ਵਾਲਿਆਂ ਦਾ ਇਹ ਕਿਤੇ ਨਹੀਂ ਲਿਖਿਆ ਕਿ ਜਿਹੜੇ ਗਾਂਹ ਦੀਆਂ ਪੀੜ੍ਹੀਆਂ, ਨਹਿਰੂ ਨਹੀਂ ਸੀ ਇਹੋ ਜਿਹਾ ਉਹਨਾਂ, ਜੋ ਮਰਜ਼ੀ ਕਹੋ ਤੁਸੀਂ, ਜੋ ਵੀ ਕੀਤਾ, ਪਰ ਉਦੋਂ ਤੱਕ ਕੋਈ ਇਹੋ ਜਿਹਾ ਧੱਕਾ ਸ਼ਰੇਆਮ ਓਪਨਲੀ ਨਹੀਂ, ਨਾ ਮੈਨੂੰ ਲੱਗਦਾ ਸ਼ੇ ਪਟੇਲ ਵੀ ਜਿੰਦਾ ਹੁੰਦਾ ਅਤੇ ਜੇ ਇੰਨਾ ਇਸ ਪੱਧਰ 'ਤੇ ਕਰਦਾ, ਕਿਉਂਕਿ ਉਹ ਇੱਕ ਮੂਵਮੈਂਟ ਦੇ ਵਿੱਚੋਂ ਨਿਕਲੇ ਹੋਏ ਲੋਕ ਸੀਗੇ, ਲੋਕਾਂ ਨਾਲ ਜੁੜੇ ਹੋਏ ਲੋਕ ਸੀ। ਕੁਛ ਨਾ ਕੁਛ ਕਿਸੇ ਕਿਸਮ ਦੀ, ਜੇ ਮੈਂ ਥੋੜ੍ਹੇ ਜਿਹੇ ਕਰੂੜ ਸ਼ਬਦ ਵਰਤਾਂ, ਸ਼ਰਮ ਹਜ਼ਾਰ ਦੀ ਗੱਲ ਸੀ। ਹੁਣ ਤਾਂ ਬਿਲਕੁਲ ਹੀ ਪਰਦਾ ਹੀ ਚੁੱਕ ਦਿੱਤਾ। ਤਿੰਨ ਮੁੱਖ ਤੁਸੀਂ ਆਡੀਆਲੋਜੀ ਦੀ ਗੱਲ ਕੀਤੀ, ਮੈਂ ਉੱਤੇ ਕਰਦਾ, ਆਡੀਆਲੋਜੀ ਕਿਸੇ ਦੀ ਕੋਈ ਨਹੀਂ, ਆਡੀਆਲੋਜੀ ਸਿਰਫ ਅਤੇ ਸਿਰਫ ਇੱਕੋ ਆ ਸੱਤਾ, ਉਹ ਜਿਹੜਾ ਸਾਡੇ ਚਣਕਿਆ ਸਾਨੂੰ ਸਿਖਾ ਗਿਆ ਸ਼ਾਮ ਦਾਮ ਦੰਡ ਭੇਦ, ਵੀ ਕਿਸੇ ਵੀ ਤਰੀਕੇ ਨਾਲ ਬਾਈ ਐਨੀ ਮੀਨਸ, ਇਹਦਾ ਮਤਲਬ ਇਹ ਹੁੰਦਾ ਆ ਕਿ ਤੁਸੀਂ ਸੱਤਾ ਜਿਹੜਾ ਉਹ ਆਪਣੇ ਆਪ ਹੀ ਮੀਨਸ ਨੂੰ ਜਸਟੀਫਾਈ ਕਰ ਦੂਗਾ, ਉਹ ਕਿਹੋ ਜਿਹੇ ਵੀ ਕਾਲੇ ਧੰਦੇ, ਜੋ ਸ਼ਰਾਬ, ਪੈਸਾ, ਗੁੰਡਾਗਰਦੀ, ਮਸਲ ਪਾਵਰ ਸਭ ਕੁਛ ਹੋਵੇ, ਹੇਰਾ ਫੇਰੀ, ਖਰੀਦੋ ਫਰੋਖਤ, ਹਾਰਸ ਟ੍ਰੇਡਿੰਗ, ਸਾਰਾ ਕੁਝ ਕਰ ਲਓ, ਸੱਤਾ 'ਚ ਆਉਣਾ ਚਾਹੀਦਾ, ਔਰ ਉਹਦੇ ਅੰਦਰ ਸਾਰਾ ਕੁਝ ਢੱਕਿਆ ਜਾਊ, ਸਾਰਾ ਕੁਝ ਸਾਫ਼ ਸੁਥਰਾ ਹੋ ਜਾਊ। ਇਹ ਇੱਕ ਆਡੀਆਲੋਜੀ ਰਹਿ ਗਈ ਆ, ਔਰ ਬਹੁਤੀਆਂ ਪਾਰਟੀਆਂ ਦੀ ਜਿਹੜੀਆਂ ਰਾਜ ਕਰਦੀਆਂ, ਖਾਸ ਕਰ ਜਿਹੜੀਆਂ ਇੱਕ ਦੋ ਵਾਰੀ ਰਾਜ ਕਰ ਲੈਂਦੀਆਂ, ਉਹਨਾਂ ਦੀ ਆਡੀਆਲੋਜੀ ਇਹੋ ਹੈ, ਇਹਦੇ ਇਲਾਵਾ ਕੋਈ ਹੋਰ ਆਡੀਆਲੋਜੀ ਨਹੀਂ ਹੈ। ਰਹੀ ਗੱਲ ਕਿ ਇਸ ਸਾਰੇ ਕੇਸ ਦੇ ਵਿੱਚ, ਦੇਖੋ ਇਹ ਬਹੁਤ ਇੰਪੋਰਟੈਂਟ ਹੈ ਸਾਡੇ ਲਈ ਲੈਸਨ, ਮੈਂ ਜਿੱਥੇ ਸਾਨੂੰ ਇੱਕ ਕਿਸਮ ਦਾ ਮਨੋਰੰਜਨ ਕੀਤਾ ਬਹੁਤ ਸਾਰਾ ਕਿ ਸਾਡੇ ਲੋਕ ਕਿਹੋ ਜਿਹੇ ਆ, ਉੱਥੇ ਸਾਡਾ ਸ਼ਰਮ ਦੇ ਨਾਲ ਸਿਰ ਵੀ ਬਹੁਤ ਜ਼ਿਆਦਾ ਨੀਵਾਂ ਕੀਤਾ। ਔਰ ਤੀਸਰੀ ਗੱਲ ਜਿਹੜੀ ਇਹ ਸਾਰੇ ਡਰਾਮੇ ਦੇ ਵਿੱਚ ਹੋ ਰਹੀ ਹੈ, ਇੱਕ ਸਾਨੂੰ ਬਹੁਤ ਵੱਡਾ ਖਦਸ਼ਾ ਔਰ ਚਿੰਤਾ ਦੇ ਵਿੱਚ ਵੀ ਧੱਕ ਦਿੱਤਾ ਕਿ ਆਉਣ ਵਾਲਾ ਸਮਾਂ ਕੀ ਇਹ ਸੰਵਿਧਾਨ ਬਿਲਕੁਲ ਇਹਦੇ ਨਾਲ ਵੀ ਹੋਰ ਲੀਰੋ ਲੀਰ ਹੋ ਜਾਊਗਾ, ਭਾਵੇਂ ਅੱਜ ਸੰਵਿਧਾਨ ਦਾ ਡੇ ਹੈ। ਔਰ ਮੈਨੂੰ ਪੂਰਾ ਸ਼ੱਕ ਲੱਗ ਰਿਹਾ ਕਿ ਸੰਵਿਧਾਨ ਹੁਣ ਐਕਚੁਅਲੀ ਬਚਿਆ ਨਹੀਂ ਹੈਗਾ, ਬਚਿਆ ਨਹੀਂ ਹੈ, ਇਹ ਤੰਗ ਅਫਵਾਰ ਆ ਜਿਹਦਾ ਜਿਸ ਤਰ੍ਹਾਂ ਦਾਦਾਗਿਰੀ। ਇੱਕ ਮਿੰਟ ਢਿੱਲੋ ਜੀ, ਪਲੀਜ਼, ਮੇਰੀ ਬੇਨਤੀ ਹੈ, ਜੇ ਤੁਸੀਂ ਜ਼ਰੂਰ ਕਿਉਂ ਜੋ ਮੈਂ ਜਿਵੇਂ ਮੈਨੂੰ ਗਾਲਾਂ ਕੱਢਣੀਆਂ ਗਾਲਾਂ ਕੱਢਿਓ, ਪਰ ਮੈਨੂੰ ਗੱਲ ਕਰ ਦਿਓ। ਮੇਰਾ ਇਹ ਕਹਿਣਾ ਕਿ ਜੋ ਲੀਰੋ ਲੀਰ ਸੰਵਿਧਾਨ ਦਾ ਹੋ ਚੁੱਕਾ, ਜੋ ਸੰਵਿਧਾਨ ਨੂੰ ਪੜ੍ਹੋ, ਪ੍ਰੀਐਂਬਲ ਇੱਕੋ ਹੀ ਪੇਜ ਪੜ੍ਹ ਲਓ ਤੁਸੀਂ, ਬਾਕੀ ਤੁਸੀਂ ਫੰਡਾਮੈਂਟਲਾਈਜ਼ ਅਤੇ ਜਿਹੜਾ ਪਾਰਟ 3 ਪਾਰਟ 4 ਛੱਡ ਦਿਓ, ਜਿਹੜੇ ਸਟੇਟ ਦੇ ਡਾਇਰੈਕਟਿਵ ਪ੍ਰਿੰਸੀਪਲ ਦੇ ਆ, ਉਹਦਾ ਹੀ ਜਾਣੀ ਕੁਛ ਨਹੀਂ ਬਚਿਆ। ਇਸ ਕਰਕੇ ਮੇਰਾ ਇਹੀ ਕਹਿਣਾ ਹੈਗਾ ਕਿ ਮੈਨੂੰ ਡਰ ਆ ਕਿ ਆਉਣ ਵਾਲੇ ਸਮੇਂ 'ਚ ਜੋ ਧੱਕੇਸ਼ਾਹੀ ਦਾਦਾਗਿਰੀ ਚੱਲ ਪਈ ਹੈ ਸਾਡੇ ਦੇਸ਼ 'ਚ, ਖਿੱਚੋਤਾਣ ਰਾਜਨੀਤਿਕ ਚੱਲ ਪਈ ਹੈ, ਨੰਬਰ 1 ਇਹ ਤਾਂ ਬਚ ਸਕਦੀ ਹੈ ਜੇ ਫੈਡਰਲਿਜ਼ਮ ਹੋਊਗਾ, ਔਰ ਸੈਂਟਰ ਦੀਆਂ ਪਾਵਰਾਂ ਬਿਲਕੁਲ ਸੀਮਤ ਕਰ ਦੇਣੀਆਂ ਚਾਹੀਦੀਆਂ, ਨਹੀਂ ਤਾਂ ਸਾਰੇ ਸੂਬਿਆਂ ਦੀਆਂ ਗੁੱਡੀਆਂ ਕਮਾ ਦੇਣਗੇ। ਔਰ ਜੇ ਇਹਦੇ ਰੈਪਰਕਸ਼ਨ ਸਮਝ ਲਓ, ਪਹਿਲਾਂ ਮੈਂ ਆਖਰੀ ਲਾਈਨ ਕਹਿਣ ਲੱਗਾ, ਜੇ ਇੰਝ ਹੁੰਦਾ ਰਿਹਾ, ਸੈਂਟਰ ਦੀਆਂ ਤਾਕਤਾਂ ਨਾ ਘਟਾਈਆਂ ਔਰ ਸਾਡੇ ਫੈਡਰਲਿਜ਼ਮ ਜਾਣੀ ਸੰਘੀ ਢਾਂਚੇ ਨੂੰ ਮਜ਼ਬੂਤ ਨਾ ਕੀਤਾ, ਤਾਂ ਦੇਸ਼ ਟੁੱਟੂਗਾ, ਔਰ ਫਿਰ ਆਰਮੀ ਦਾ ਬੋਲਬਾਲਾ ਇੱਥੇ ਪਾਕਿਸਤਾਨ ਵਾਂਗੂ ਹੋਊਗਾ। ਸਵਾਲ ਇਹ ਹੈਗਾ ਕਿ 19 ਸਫਿਆਂ ਦੀ ਸੁਪਰੀਮ ਕੋਰਟ ਦੀ ਜਜਮੈਂਟ ਮੇਰੇ ਕੋਲ ਪਈ ਹੈ, ਤੁਸੀਂ ਮੈਨੂੰ ਪੜ੍ਹਿਆ ਹੋਊਗਾ। ਸਵਾਲ ਇਹ ਹੈਗਾ ਕਿ ਜਿਸ ਤਰੀਕੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਕਹਿ ਰਿਹਾ ਕਿ ਸੰਵਿਧਾਨ ਸੰਕਟ ਵਿੱਚ ਹੈਗਾ, ਕੀ ਸੁਪਰੀਮ ਕੋਰਟ ਨੇ ਅੱਜ ਇਹ ਫੈਸਲਾ ਸੁਣਾ ਕੇ ਇਹਨਾਂ ਪਾਰਟੀਆਂ ਨੂੰ ਦੱਸਿਆ ਹੈਗਾ ਕਿ ਸੰਵਿਧਾਨ ਦੀ ਰਾਖੀ ਕਿਵੇਂ ਕਰਨੀ ਹੈ? ਦੇਖੋ, ਸੰਵਿਧਾਨ ਜਿਹੜੀ ਜਜਮੈਂਟ ਹੈ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਤਾਂ ਚੀਜ਼ ਇਹੀ ਹੈ ਕਿ ਉਹਨਾਂ ਨੇ ਫਿਕਸ ਕਰਤਾ ਕਿ ਕੱਲ੍ਹ ਨੂੰ ਫਲੋਰ ਟੈਸਟ ਹੋਣਾ ਚਾਹੀਦਾ। 1994 ਦੇ ਵਿੱਚ ਜਿਹੜੀ ਬੰਬਈ ਕੇਸ ਦੇ ਵਿੱਚ ਜਜਮੈਂਟ ਹੈ ਸੁਪਰੀਮ ਕੋਰਟ ਦੀ, ਉਹ ਬਹੁਤ ਹੀ ਕਲੀਅਰ ਹੈ ਕਿ ਜਿਹੜਾ ਟੈਸਟ ਹੈ ਸਟਰੈਂਥ ਦਾ, ਮੈਜੋਰਟੀ ਦਾ, ਉਹ ਸਿਰਫ ਫਲੋਰ ਆਫ ਦਾ ਹਾਊਸ ਹੀ ਹੋ ਸਕਦਾ ਹੈ। ਉਹਦੇ ਵਿੱਚ ਇਹ ਨਹੀਂ ਤੁਸੀਂ ਕਿ ਗਵਰਨਰ ਦੇ ਘਰ ਜਾਂ ਕਿਸੇ ਹੋਟਲ ਦੇ ਵਿੱਚ ਜਾਂ ਕਿਸੇ ਜਗ੍ਹਾ 'ਤੇ ਤੁਸੀਂ ਫਲੋਰ ਟੈਸਟ ਕਰਾਓਗੇ, ਫਲੋਰ ਟੈਸਟ ਦੇ ਬਾਰੇ ਬਿਲਕੁਲ। ਦੂਸਰੀ ਚੀਜ਼ ਜਿਹੜੀ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ
ਕਿ ਜਿਹੜੀਆਂ ਇਲੀਗਲ ਐਕਟੀਵਿਟੀਜ਼ ਗਲਤ ਐਕਟੀਵਿਟੀਜ਼ ਹੋ ਰਹੀਆਂ ਉਹਦੇ ਵਿੱਚ ਹਾਰਸ ਟ੍ਰੇਡਿੰਗ ਵੀ ਹੈ। ਦੇਖੋ ਇੱਦਾਂ ਹੈਗਾ, ਬੀਜੇਪੀ ਨੇ ਜਿਹੜਾ ਅੱਜ ਬੀਜੇਪੀ ਚੀਫ ਮਿਨਿਸਟਰ ਨੇ ਅੱਜ ਜਿਹੜਾ ਅਸਤੀਫਾ ਦਿੱਤਾ, ਉਹ ਅਸਤੀਫਾ ਇਸ ਕਰਕੇ ਨਹੀਂ ਦਿੱਤਾ, ਜਿਹੜਾ ਮੈਂ ਉਹਨਾਂ ਦੀ ਸਾਰੀ ਸਪੀਚ ਸੁਣੀ ਸੀਗੀ, ਉਹ ਅਸਤੀਫਾ ਤਾਂ ਉਸ ਵੇਲੇ ਆਇਆ ਜਿਸ ਵੇਲੇ ਬੀਜੇਪੀ ਨੂੰ ਬਿਲਕੁਲ ਕਲੀਅਰ ਹੋ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਸਰਕਾਰ ਨਹੀਂ ਬਣਾ ਸਕਦੇ, ਹਰ ਤਰ੍ਹਾਂ ਦਾ ਹਥਕੰਡਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੁਪਰੀਮ ਕੋਰਟ ਦੀ ਜੱਜਮੈਂਟ ਦੀ, ਗੱਲ ਹੈਗੀ ਹੈ ਸੰਵਿਧਾਨ ਜਾਂ ਸੁਪਰੀਮ ਕੋਰਟ ਦੀ ਜੱਜਮੈਂਟ ਜਿਹੜੀ ਹੈਗੀ ਹੈ ਲਾਗੂ ਕਿਹਨੇ ਕਰਨੀ ਹੈ, ਐਗਜੈਕਟਿਵ ਪਾਵਰ ਨੇ ਲਾਗੂ ਕਰਨੀ ਹੈ। ਅਗਰ ਐਗਜੈਕਟਿਵ ਪਾਵਰ ਜਿਹੜੀ ਹੈਗੀ ਹੈ ਓਨੈਸਟੀ ਦੇ ਨਾਲ ਸੰਵਿਧਾਨ ਨੂੰ, ਸੰਵਿਧਾਨ ਦੀਆਂ ਧਾਰਾਵਾਂ ਨੂੰ, ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੂੰ ਲਾਗੂ ਕਰੇਗੀ, ਸੰਵਿਧਾਨ ਪ੍ਰੋਟੈਕਟ ਹੋ ਸਕਦਾ। ਲੇਕਿਨ ਅਗਰ ਜਿਹੜੀ ਕਾਰਨੀ ਹੈ ਜਾਂ ਜਿਹੜੀ ਲੈਜਿਸਲੇਚਰ ਹੈ ਜਾਂ ਜਿਹੜਾ ਸੱਤਾ ਜਿਹਨਾਂ ਕੋਲ ਹੈ, ਉਹ ਸੁਪਰੀਮ ਜਿਹੜੀ ਸੰਵਿਧਾਨ ਨੂੰ ਡਿਫਰੈਂਟ ਤਰੀਕੇ ਦੇ ਨਾਲ ਇੰਟਰਪ੍ਰੈਟ ਕਰਕੇ ਆਪਣਾ ਮੰਤਵ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉੱਥੇ ਸੰਵਿਧਾਨ ਦੀ ਸਪਿਰਿਟ ਹਰਟ ਹੁੰਦੀ ਹੈ, ਜਿਹੜੀ ਮਨਜੀਤ ਸਿੰਘ ਜੀ ਨੇ ਕਿਹਾ। ਔਰ ਜਦ ਹਰਟ ਹੁੰਦੀ ਹੈ ਤਾਂ ਸੰਵਿਧਾਨ ਜਿਹੜਾ ਹੈਗਾ ਉਹ ਲੀਰੋ ਲੀਰ ਹੋਏਗਾ ਹੀ ਹੋਏਗਾ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਤੁਹਾਨੂੰ ਵੀ ਲੱਗਦਾ ਸੰਵਿਧਾਨ ਸੰਕਟ ਵਿੱਚ ਹੈ? ਦੇਖੋ ਸੰਵਿਧਾਨ ਹਮੇਸ਼ਾ ਸੰਕਟ ਦੇ ਵਿੱਚ ਹੈ, ਲੇਕਿਨ ਸੰਵਿਧਾਨ ਦੀ ਆਪਣੀ ਇੱਕ ਸਟਰੈਂਥ ਵੀ ਹੈ। ਠੀਕ ਹੈ, ਮੈਂ ਕੇਪੀ ਸਿੰਘ ਮੈਨੂੰ ਬੋਲੋ ਇੱਥੇ ਬੈਠ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਸ਼ਾਇਦ ਜਿਹੜੀ ਸੱਤਾ ਧਰ ਧਿਰ ਹੈ ਬੀਜੇਪੀ, ਇਹ ਇਹਨੇ ਕੋਈ ਇਹੋ ਜਿਹਾ ਗੁਨਾਹ ਕਰ ਦਿੱਤਾ ਕਿ ਜਿਹਦਾ ਬੜਾ ਵੱਡਾ ਅੱਗੇ ਨੁਕਸਾਨ ਹੋਣ ਵਾਲਾ, ਇਹ ਪਿਕਚਰ ਕਿਉਂ ਕ੍ਰੀਏਟ ਕੀਤੀ ਜਾ ਰਹੀ ਹੈ? ਜਦਕਿ ਭਾਰਤੀ ਜਨਤਾ ਪਾਰਟੀ ਨੇ ਬਿਲਕੁਲ ਪਹਿਲੇ ਨੰਬਰ ਦੀ ਪਾਰਟੀ ਹੋਣ ਦੇ ਬਾਵਜੂਦ 105 ਸੀਟਾਂ ਲੈ ਕੇ ਅੱਗੇ ਆਏ ਹੈ। ਕਲੀਅਰ ਕੱਟ ਅਸੀਂ ਜਾ ਕੇ ਉਹਨਾਂ ਨੂੰ ਸਿੱਧੀ ਸਿੱਧੀ ਗੱਲ ਹੈ ਵੀ ਗਵਰਨਰ ਸਾਹਿਬ ਨੇ ਬੁਲਾਇਆ, ਉਹਨਾਂ ਨੂੰ ਦੱਸਿਆ ਨੰਬਰ ਨਹੀਂ ਸੀ, ਅਸੀਂ ਵਾਪਸ ਆ ਗਏ। ਬਾਅਦ ਵਿੱਚ ਇਹਨਾਂ ਦੀਆਂ ਖਿਚੜੀਆਂ ਪੱਕਦੀਆਂ ਰਹੀਆਂ, ਨਹੀਂ ਪੱਕੀਆਂ। ਇੱਕ NCP ਦਾ ਲੀਡਰ ਆ ਕੇ ਸਾਨੂੰ ਕਹਿੰਦਾ ਅਸੀਂ ਜਾ ਕੇ ਫਿਰ ਦਿੰਦੇ ਹਾਂ, ਗਵਰਨਰ ਸਰਕਾਰ ਬਣਾ ਦਿੰਦਾ। ਪਹਿਲੀ ਗੱਲ, ਅੱਜ ਸੁਪਰੀਮ ਕੋਰਟ ਨੇ ਇੱਕ ਵੀ ਟਿੱਪਣੀ ਕੋਈ ਇਹੋ ਜਿਹੀ ਗਵਰਨਰ ਸਾਹਿਬ ਦੇ ਉੱਤੇ ਨਹੀਂ ਕੀਤੀ ਕਿ ਜਿਹਦੇ ਵਿੱਚ ਗਵਰਨਰ ਦੀ ਭੂਮਿਕਾ ਜਿਹੜੀ ਹੈ ਉਹ ਗਲਤ ਹੋਵੇ। ਬਿਲਕੁਲ ਸਾਰਾ ਕੁਝ ਸੰਵਿਧਾਨ ਦੇ ਦਾਇਰੇ 'ਚ ਹੋਇਆ, ਸਾਰਾ ਕੁਝ ਸੰਵਿਧਾਨ ਦੇ ਕਹਿਣ 'ਤੇ ਹੋਇਆ। ਔਰ ਦੂਜੀ ਵੱਡੀ ਗੱਲ, ਜਿਹੜੀਆਂ ਬੰਦੀ ਬਣਾ ਕੇ ਆਪਣੇ MLA ਨੂੰ ਰੱਖਿਆ ਸੀ ਉਹਦੇ 'ਚ ਕਾਂਗਰਸ ਸੀਗੀ, NCP ਸੀ, ਸ਼ਿਵ ਸੈਨਾ ਸੀ। ਇਹਨਾਂ ਨੇ ਆਪਣੇ ਸਾਰੇ MLAs ਨੂੰ ਬੰਦੀ ਬਣਾ ਕੇ ਅੱਡ ਅੱਡ ਹੋਟਲਾਂ 'ਚ ਡੱਕਿਆ ਹੋਇਆ, ਕਦੀ ਬੱਸ 'ਤੇ ਲੈ ਕੇ ਕਿਤੇ ਜਾਂਦੇ, ਕਦੀ ਕਿਤੇ ਜਾਂਦੇ। ਭਾਰਤੀ ਜਨਤਾ ਪਾਰਟੀ ਦਾ ਕਿਹੜਾ MLA ਜਿਹੜਾ ਕਿਸੇ ਨੇ ਕਿਸੇ ਹੋਟਲ 'ਚ ਬੈਠਾ ਜਾਂ ਕਿਤੇ ਬੈਠਾ? ਇਹ ਪਹਿਲੀ ਗੱਲ, ਇਹ ਸਾਰਾ ਕੁਛ ਆਪਣੇ ਆਪ ਨੂੰ ਇਹਨਾਂ ਨੇ ਕੀਤਾ, ਸਾਰਾ ਇਹਨਾਂ ਦੇ ਕਰਤੱਵ ਨੇ, ਇਹ ਕਰਤੂਤਾਂ ਨੇ। ਦੂਜਿਆਂ ਅੱਜ ਕਾਂਗਰਸ ਪਾਰਟੀ 44 MLAs ਲੈ ਕੇ ਬੈਕਡੋਰ ਤੋਂ ਆ ਕੇ ਐਂਟਰੀ ਕਰਕੇ ਸਰਕਾਰ ਦੇ ਵਿੱਚ ਬੈਠ ਜੇ ਔਰ ਅੱਜ ਕਹੇ ਕਿ ਮੈਂ ਬੜੀ ਨੈਤਿਕ ਹਾਂ, ਔਰ ਜਿਹੜੇ BJP ਜਿਹੜਾ ਸਭ ਤੋਂ ਵੱਡੀ ਪਾਰਟੀ ਆ ਜਿਹਨੇ 1% ਵੀ ਕੋਸ਼ਿਸ਼ ਨਹੀਂ ਕੀਤੀ, ਕੋਈ ਹਾਰਸ ਟ੍ਰੇਡਿੰਗ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ। ਜਿੱਦਣ ਸਾਡੇ ਕੋਲ ਬਹੁਮਤ ਸੀਗਾ ਅਸੀਂ ਕਹਿਤਾ ਹੈਗਾ, ਨਹੀਂ ਸੀਗਾ ਤਾਂ ਅਗਲੇ ਦਿਨ ਹੀ ਅਸੀਂ ਅਸਤੀਫਾ ਦੇ ਦਿੱਤਾ। ਸਿੱਧੀ ਸਪੱਸ਼ਟ ਜੀ ਗੱਲ ਹੈ, ਕਿਤੋਂ ਅਸੀਂ ਸੰਵਿਧਾਨ ਦੇ ਖਿਲਾਫ ਗਏ ਹਾਂ ਜਾਂ ਕੋਈ ਗਲਤ ਕੰਮ ਕੀਤਾ? ਅੱਜ ਤੱਕ ਨਹੀਂ ਕਰਦੀ BJP ਇਹੋ ਜਿਹਾ ਕੋਈ ਗਲਤ ਕੰਮ। ਔਰ ਕੋਸ਼ਿਸ਼ ਕਰਦੇ ਨੇ ਨਾ ਸੋ ਕਾਲਡ ਕੁਝ ਬੁੱਧੀਜੀਵੀ, ਉਹ ਪੇਂਟਿੰਗ ਜਾਣ ਕੇ ਪੇਂਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਅੱਜ ਸੰਵਿਧਾਨ ਖਤਰੇ 'ਚ ਆ ਜੀ, ਅੱਜ ਫੈਡਰਲਿਜ਼ਮ ਖਤਰੇ 'ਚ ਆ ਜੀ, ਫਲਾਣਾ ਖਤਰੇ 'ਚ ਆ, ਕੋਈ ਖਤਰੇ 'ਚ ਨਹੀਂ ਹੈ। ਅੱਜ ਦੇਸ਼ ਤਰੱਕੀ ਕਰ ਰਿਹਾ, ਬਹੁਤ ਵਧੀਆ ਤਰੀਕੇ ਨਾਲ ਅੱਗੇ ਵੱਧ ਰਿਹਾ। ਇਹ ਕੁਛ ਲੋਕ ਜਿਹੜੇ ਆ ਇਹਨੂੰ ਬਦਨਾਮ ਕਰਨ ਦੀ ਔਰ ਤੋੜਨ ਦੀਆਂ ਗੱਲਾਂ ਕਰਕੇ ਇੱਥੇ ਕੋਸ਼ਿਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਰਾਹ ਦਿਖਾ ਰਹੇ ਨੇ। ਭਾਰਤੀ ਜਨਤਾ ਪਾਰਟੀ ਸਪੱਸ਼ਟ ਹੈ, ਦੇਸ਼ ਇੱਕ ਹੈ ਔਰ ਦੇਸ਼ ਦੇ ਹਰ ਫੈਡਰਲਿਜ਼ਮ ਵੀ ਬਿਲਕੁਲ ਆਜ਼ਾਦ ਹੈ, ਪ੍ਰੋਪਰ ਤਰੀਕੇ ਨਾਲ ਚੱਲ ਰਿਹਾ। ਢਿੱਲੋਂ ਸਾਹਿਬ, ਜਿਹੜੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਸੀ, ਕਿਹੜੇ ਡਰ ਤੋਂ ਤੇ ਕਿਹੜੀ ਪਾਰਟੀ ਦੇ ਡਰ ਤੋਂ ਬਣਾ ਕੇ ਰੱਖਿਆ? ਤੁਸੀਂ ਆਪੇ ਡਰੀ ਜਾਓ ਤੇ ਕੁਝ ਨਹੀਂ ਕਿਹਾ ਤੁਹਾਨੂੰ। ਇੱਕ ਛੋਟਾ ਇੱਕ ਅਸੀਂ ਰਾਤ ਨੂੰ ਪੋਲੀਟੀਕਲ ਪਾਰਟੀ ਦਾ ਮੋਟਿਵ ਹੁੰਦਾ ਕਿ ਹਾਂ ਇਲੈਕਸ਼ਨ ਲੜੇ ਆ, ਸੁਪਨਾ ਆ ਗਿਆ ਸੀਗਾ, ਅਸੀਂ ਇਲੈਕਸ਼ਨ ਲੜੇ ਆ, ਇਲੈਕਸ਼ਨ ਜਿੱਤੇ ਆ, ਸਾਡਾ ਮੋਟਿਵ ਹਰ ਇੱਕ ਦਾ ਹੁੰਦਾ ਵੀ ਅਸੀਂ ਸਾਡੇ ਤੋਂ ਡਰਦੇ ਆ, ਇਲੈਕਸ਼ਨ ਜਿੱਤੇ ਆ। ਇਹ ਪ੍ਰੈਸ ਮੈਂ ਇਸੇ ਤੁਹਾਨੂੰ ਡਰ ਨਹੀਂ ਪਤਾ ਕਿ ਅਸੀਂ ਕਿਸੇ ਨੂੰ ਜ਼ੋਰ ਜ਼ਬਰਦਸਤੀ ਥੋੜੀ ਕੀਤੀ ਆ, ਉਹ ਲੋਕਾਂ ਦੇ ਡਰ ਤੋਂ ਹੋਟਲ ਵਿੱਚ ਕੈਦ ਕੀਤੇ ਸੀ, ਅਸੀਂ ਕਿਸੇ ਨੂੰ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ। ਠੀਕ ਹੈ ਤੁਹਾਡੀ ਗੱਲ, ਠੀਕ ਹੈ, ਜੇ ਆਉਂਦੇ ਹੋ ਤਾਂ ਆਓ, ਜੀਸਤ ਕੇ ਆਓ, ਬਣਾਓ ਸਰਕਾਰ ਸਾਡੇ ਨਾਲ, ਜੇ ਨਹੀਂ ਆਉਂਦੇ ਤੇ ਨਾ। ਲੋਕਾਂ ਨੇ ਜਵਾਬ ਮੰਗਣਾ ਸੀ ਇਸ ਕਰਕੇ ਉਹਨਾਂ ਲੋਕਾਂ ਦੇ ਡਰ ਤੋਂ ਹੋਟਲ ਵਿੱਚ ਕੈਦ ਕੀਤੇ, ਜੇ ਨਹੀਂ ਕੀਤੀ ਫਿਰ ਵੀ ਇਹੋ ਜਿਹੀਆਂ ਗੱਲਾਂ ਸੁਣਨ ਨੂੰ। ਹੋਰ ਛੋਟਾ ਬ੍ਰੇਕ ਲਵਾਂਗੇ, ਬੈਠ ਕੇ ਪੈਨਲ ਤੋਂ ਬ੍ਰੇਕ ਤੋਂ ਵਾਪਸ ਆਵਾਂਗੇ। ਮਹਾਰਾਸ਼ਟਰ ਦੇ ਸਿਆਸੀ ਸ਼ਤਰੰਜ ਨੇ ਕੀ ਸਾਬਤ ਕੀਤਾ ਹੈਗਾ ਤੇ ਕੀ ਸੁਨੇਹਾ ਦਿੱਤਾ ਹੈਗਾ ਪੂਰੇ ਮੁਲਕ ਨੂੰ? ਪੂਰੇ ਮੁਲਕ ਨੂੰ ਇਹ ਸੁਨੇਹਾ ਦਿੱਤਾ ਹੈਗਾ ਕਿ ਤੁਹਾਡੀ ਵੋਟ ਦੀ ਕੀਮਤ ਹੈ ਜਿਹੜੀ ਉਹ ਸਿਆਸਤਦਾਨ ਕਿੰਨੀ ਸਮਝਦੇ ਹੈਗੇ ਆ, ਇਹ ਸਿਆਸਤ ਨੂੰ ਕਿੰਨੀ ਸਮਝ ਆਉਂਦੀ ਹੈ, ਤੁਹਾਡੀ ਵੋਟ ਦੀ ਕੀਮਤ, ਤੁਹਾਡੀ ਵੋਟ ਦੀ ਕੀਮਤ ਦੀ ਰਾਖੀ ਹੈ ਜਿਹੜੀ ਇਹ ਸਿਆਸਤ ਕਿੰਨੀ ਕਰ ਸਕਦੀ ਹੈਗੀ, ਤੁਹਾਡੇ ਹੱਕਾਂ ਦੀ, ਤੁਹਾਡੇ ਅਧਿਕਾਰਾਂ ਦੀ, ਤੁਹਾਡੇ ਫਰਜ਼ਾਂ ਦੀ ਰਾਖੀ ਇਹ ਸਿਆਸਤ ਕਿੰਨੀ ਕਰ ਸਕਦੀ ਹੈਗੀ ਆ। ਅਖੀਰ ਵਿੱਚ ਜਦੋਂ ਕੋਰਟ ਨੂੰ ਇੰਟਰਵੀਨ ਕਰਨਾ ਪੈਂਦਾ ਹੈਗਾ, ਫਿਰ ਕਹਿੰਦੇ ਹੈਗੇ ਆ ਕਿ ਸੁਪਰੀਮ ਕੋਰਟ ਨੇ ਬਚਾ ਲਿਆ ਹੈਗਾ, ਪਰ ਇਹਨਾਂ ਨੂੰ ਤਾਂ ਕੋਈ ਕੋਰ ਕਸਰ ਨਹੀਂ ਛੱਡੀ ਸੀ ਸੰਵਿਧਾਨ ਨੂੰ ਤਿਲਾਂਜਲੀ ਦੇਣ ਦੀ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਸਵਾਲ ਇੱਕੋ ਪੁੱਛ ਰਹੇ, ਮਹਾਰਾਸ਼ਟਰ ਦੀ ਸਿਆਸੀ ਸ਼ਤਰੰਜ ਨੇ ਕੀ ਸਾਬਤ ਕੀਤਾ? ਕੇਵਲ ਢਿੰਗਰਾ, ਬਹੁਤ ਸੰਜੀਦਗੀ ਨਾਲ ਜਵਾਬ ਦਿਓ। ਕੇਵਲ ਢਿੰਗਰਾ,
ਔਰ ਤੁਹਾਨੂੰ ਇੱਕ ਗੱਲ ਸੱਤਾ ਚਾਹੀਦੀ ਜੇ ਮਰਜ਼ੀ ਮਿਲ ਜੇ ਨਹੀਂ ਨਹੀਂ ਟਕਰਾਓ ਦੀ ਗੱਲ ਤੁਸੀਂ ਕੀਤੀ ਹੈ ਮੈਂ ਟਕਰਾਓ ਦਾ ਹੀ ਜਵਾਬ ਦਿੱਤਾ ਜਿਹੜੀ ਗੱਲ ਸਰਕਾਰ ਦੀ ਹੈ ਉਹ ਮੈਂਡੇਟ ਦੇ ਨਾਲ ਹੈ ਔਰ ਮੈਂਡੇਟ ਜਿਹਨੂੰ ਮਿਲੂਗਾ ਸਰਕਾਰ ਉਹਦੀ ਬਣੇਗੀ ਅਸਲੀ ਗੱਲ ਤਾਂ ਇਹ ਹੈ ਕਿ ਇਹਨਾਂ ਕੋਲ ਮੈਂਡੇਟ ਹੈ ਨਹੀਂਗਾ ਔਰ ਮੈਂਡੇਟ ਹੈ ਨਾ ਹੋਣ ਦੇ ਬਾਵਜੂਦ ਜ਼ਬਰਦਸਤੀ ਧੱਕਾ ਕਰ ਰਹੀ ਹੈ ਕਿਉਂਕਿ ਇਹ ਧੱਕਾ ਧੱਕਾ ਮੋਦੀ ਕਰ ਰਿਹਾ ਇਹ ਧੱਕਾ ਅਮਿਤ ਸ਼ਾਹ ਕਰ ਰਿਹਾ ਇੱਕ ਸਟੇਟ ਵਿੱਚ ਨਹੀਂ ਕਰ ਰਿਹਾ ਇਹ ਕਰਨਾਟਕਾ ਚ ਵੀ ਹੋਇਆ ਆਹੀ ਗੋਆ ਚ ਹੋਇਆ ਆਹੀ ਦੂਜੀ ਅਰੁਣਾਚਲ ਚ ਹੋਇਆ ਇਹੀ ਹਰਿਆਣਾ ਚ ਹੋਇਆ ਆਹੀ ਉੱਥੇ ਹੋ ਰਿਹਾ ਠੀਕ ਹੈ ਤੁਹਾਡੀ ਗੱਲ ਮਾਲੀ ਸਵਾਲ ਵੀ ਸੁਣ ਲਿਆ ਕਰੋ ਇੱਕ ਮਗਰ ਪਟੇਲੋ ਏਦਾਂ ਨਾ ਕਰੋ ਕਿਉਂ ਟਿੰਗਰਾ ਸ਼ਿਵ ਸੈਨਾ ਵੀਰ ਸਾਵਰਕਰ ਨੂੰ ਭਾਰਤ ਰਤਨ ਦੇਣਾ ਚਾਹੁੰਦੀ ਹੈ ਕਾਂਗਰਸ ਚਾਹੁੰਦੀ ਹੈ ਦੇਖੀਏ ਉਹ ਇੱਕ ਅਲੱਗ ਮੁੱਦਾ ਜਿਹੜਾ ਆਦਮੀ ਕਾਬਿਲ ਹੋਏਗਾ ਉਸਨੂੰ ਦੇਣਾ ਚਾਹੀਦਾ ਵੀਰ ਸਾਵਰਕਰ ਦੀ ਕਾਬਿਲਤਾ ਪਹਿਲਾਂ ਦੱਸੀ ਜਾਵੇ ਤੁਸੀਂ ਸਵਾਲ ਪੁੱਛੋ ਪ੍ਰਿਸ਼ਠਭੂਮੀ ਚੈੱਕ ਕੀਤੀ ਜਾਵੇ ਕਿਆ ਉਹ ਕਾਬਿਲ ਹੈ ਮੈਨੂੰ ਪਤਾ ਕਿਹੜਾ ਸਵਾਲ ਕਰਨਾ ਮੁਹੰਮਦ ਖਾਲਿਦ ਸਾਹਿਬ ਮੁਹੰਮਦ ਖਾਲਿਦ ਸਾਹਿਬ ਸੰਵਿਧਾਨ ਆ ਜਿਹੜਾ ਇੱਕ ਵਿਚਾਰਧਾਰਾ ਤਹਿਤ ਬਣਾ ਸੀ ਪ੍ਰੋਫੈਸਰ ਮਨਜੀਤ ਸਿੰਘ ਵੀ ਇਹ ਗੱਲ ਕਹਿ ਰਹੇ ਹੈਗੇ ਆ ਹੁਣ ਜਦੋਂ ਸੰਵਿਧਾਨ ਦੀ ਰਾਖੀ ਦਾ ਅਸੀਂ ਸਵਾਲ ਪੁੱਛਦੇ ਪਏ ਹਾਂ ਉੱਥੇ ਵਿਚਾਰਧਾਰਾ ਦੀ ਰਾਖੀ ਵਾਲਾ ਕੋਈ ਸਵਾਲ ਨਹੀਂ ਹੋਣਾ ਚਾਹੀਦਾ ਇਹ ਬਾਅਦ ਦੀ ਗੱਲ ਹੈਗੀ ਇਸ ਮੁੱਦੇ ਨੂੰ ਵਿਚਾਰਧਾਰਾ ਦੀ ਲੜਾਈ ਨਾਲ ਨਾ ਜੋੜਿਆ ਜਾਵੇ ਕਾਂਗਰਸ ਦੇ ਬੁਲਾਰੇ ਗੱਲ ਕਹਿ ਰਹੇ ਖਾਲਿਦ ਸਾਹਿਬ ਦੇਖੋ ਗੱਲ ਹੈਗੀ ਹੈ ਜਿਹੜਾ ਸੰਵਿਧਾਨ ਹੈ ਨਾ ਉਹਦੇ ਵਿੱਚ ਡਿਫਰੈਂਟ ਕਿਸਮ ਦੀ ਸੋਚ ਨੂੰ ਅਕੋਮੋਡੇਟ ਕੀਤਾ ਗਿਆ ਸੰਵਿਧਾਨ ਦੇ ਵਿੱਚ ਜਿਹੜੀ ਸੰਵਿਧਾਨ ਸਭਾ ਸੀਗੀ ਉਹਦੇ ਵਿੱਚ ਲੈਫਟਿਸਟ ਵੀ ਸੀਗੇ ਰਾਈਟਿਸਟ ਵੀ ਸੀਗੇ ਸੈਂਟਰਿਸਟ ਵੀ ਸੀਗੇ ਤਿੰਨੇ ਕਿਸਮ ਦੇ ਲੋਕ ਸੀਗੇ ਲੇਕਿਨ ਜਿਸ ਵੇਲੇ ਸੰਵਿਧਾਨ ਬਣ ਗਿਆ ਉਹ ਸਾਡਾ ਸੰਵਿਧਾਨ ਹੈ ਔਰ ਉਹਦੇ ਵਿੱਚ ਜਿਹੜੀ ਪ੍ਰੀਐਂਬਲ ਬਣ ਗਈ ਉਹ ਸਾਨੇ ਸਾਰਿਆਂ ਨੇ ਐਕਸੈਪਟ ਕੀਤੀ ਕਿ ਇਹ ਸਾਡੀ ਪ੍ਰਸਤਾਵਨਾ ਅਸੀਂ ਇਸ ਪ੍ਰਸਤਾਵਨਾ ਦੇ ਮੁਤਾਬਕ ਇਸ ਦੇਸ਼ ਦਾ ਇੱਕ ਨਵਾਂ ਮੁਖੜਾ ਪੇਸ਼ ਕਰਾਂਗੇ ਜਿੱਥੇ ਤੱਕ ਸੰਵਿਧਾਨ ਦੀ ਬਣਾਉਣ ਦੀ ਗੱਲ ਹੈ ਜਾਂ ਆਈਡੀਓਲੋਜੀ ਦੀ ਗੱਲ ਹੈ ਲੇਕਿਨ ਜਿਹੜੇ ਜਿਨ੍ਹਾਂ ਨੇ ਉਹ ਸੰਵਿਧਾਨ ਨੂੰ ਚਲਾਉਣਾ ਉਹਨਾਂ ਦੀ ਆਈਡੀਓਲੋਜੀ ਹੈ ਉਹ ਆਈਡੀਓਲੋਜੀ ਜਿਹੜੀ ਹੈਗੀ ਹੈ ਇੱਕ ਸਮੇਂ ਤੱਕ ਚੱਲਦੀ ਰਹੀ ਉਸ ਤੋਂ ਬਾਅਦ ਕੀ ਹੋਇਆ ਕਿ ਆਈਡੀਓਲੋਜੀ ਰੱਖਤੀ ਪਾਸੇ ਔਰ ਸੱਤਾ ਅੱਗੇ ਆ ਗਈ ਕਿ ਸੱਤਾ ਜਿਹੜੀ ਹੈਗੀ ਹੈ ਉਹ ਪ੍ਰਮੁੱਖ ਹੈ ਸਰਵਉੱਚ ਹੈ ਸਰਵਸ੍ਰੇਸ਼ਟ ਹੈ ਉਹਦੇ ਵਾਸਤੇ ਕੁਛ ਵੀ ਕੀਤਾ ਜਾ ਸਕਦਾ ਦੇਖੋ ਵਿਚਾਰਧਾਰਾ ਨੂੰ ਪਾਸੇ ਕਰਨ ਦੀ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਜਿਹੜੀ ਹੈਗੀ ਹੈ ਉਹ ਨੈਚੁਰਲੀ ਕਾਂਗਰਸ ਵੱਲੋਂ ਹੁੰਦੀ ਹੈ ਕਿਉਂਕਿ ਕਾਂਗਰਸ ਸਭ ਤੋਂ ਜ਼ਿਆਦਾ ਸੱਤਾ 'ਚ ਰਹੀ ਹੈ ਕਾਂਗਰਸ ਨੇ ਆਪਣੀ ਵਿਚਾਰਧਾਰਾ ਦੇ ਨਾਲ ਹੀ ਕੰਪਰੋਮਾਈਜ਼ ਕਰਨੇ ਸ਼ੁਰੂ ਕਰਤੇ ਉਸ ਤੋਂ ਬਾਅਦ ਇੱਕ ਮਿੰਟ ਉਸ ਤੋਂ ਬਾਅਦ ਜਿਹੜਾ ਹੈਗਾ ਜਿੰਨੀਆਂ ਵੀ ਪੋਲੀਟੀਕਲ ਪਾਰਟੀਜ਼ ਫੋਰ ਐਗਜ਼ਾਮਪਲ ਬੀਜੇਪੀ ਨਵੀਂ ਇਮਰਜ ਹੋਈ ਪਿਛਲੇ 6 ਸਾਲ ਤੋਂ ਸੱਤਾ ਦੇ ਵਿੱਚ ਆਈ ਸੈਂਟਰ ਦੇ ਵਿੱਚ ਇਫੈਕਟਿਵਲੀ ਔਰ ਜਿਸ ਵੇਲੇ ਸੱਤਾ 'ਚ ਆਉਂਦੀ ਹੈ ਉਹਨਾਂ ਨੇ ਦੇਖਿਆ ਵੀ ਸੱਤਾ ਹੀ ਸਭ ਕੁਛ ਹੈਗੀ ਹੈ ਤਾਂ PDP ਅਤੇ ਕਾਂਗਰਸ ਦਾ BJP ਦਾ ਅਲਾਇੰਸ ਹੋਇਆ PDP BJP ਦਾ ਅਲਾਇੰਸ ਦਾ ਮਤਲਬ ਹੀ ਕੋਈ ਨਹੀਂ ਸੀਗਾ ਉਸ ਤੋਂ ਬਾਅਦ ਤੁਸੀਂ ਦੇਖੋ ਕਿ JJP ਔਰ ਰੀਸੈਂਟਲੀ ਇਹ BJP ਦਾ ਅਲਾਇੰਸ ਹੋ ਗਿਆ ਹਾਲਾਂਕਿ ਦੋਨੇ ਬਿਲਕੁਲ ਆਪੋਜ਼ਿਟ ਸੀਗੀਆਂ ਇਲੈਕਸ਼ਨ ਦੇ ਵਿੱਚ ਵੀ ਅਦਰਵਾਈਜ਼ ਵੀ ਹੁਣ ਇਸੇ ਤਰੀਕੇ ਦੇ ਨਾਲ ਸ਼ਿਵ ਸੈਨਾ ਅਤੇ ਕਾਂਗਰਸ ਦਾ ਅਲਾਇੰਸ ਹੋਇਆ ਸ਼ਿਵ ਸੈਨਾ ਕਾਂਗਰਸ ਦਾ ਅਲਾਇੰਸ ਨਹੀਂ ਤਾਂ ਘੱਟੋ ਘੱਟ ਤਿੰਨੋਂ ਨੇ ਇਕੱਠੇ ਬਣਾ ਕੇ ਸਰਕਾਰ ਤਾਂ ਹੁਣ ਜਿਹੜੀ ਆਈਡੀਓਲੋਜੀ ਹੈ ਉਹ ਸਾਈਡ 'ਤੇ ਰਹਿ ਗਈ ਸੱਤਾ ਜਿਹੜੀ ਹੈਗੀ ਹੈ ਉਹ ਪ੍ਰਮੁੱਖ ਹੋ ਗਈ ਹੈ ਔਰ ਉਹਦੇ ਵਿੱਚ ਹੁਣ ਜਿਹੜੇ ਜਿਹਨੂੰ ਵੀ ਸੱਤਾ ਲੱਗਦੀ ਹੈ ਨਾ ਮੂੰਹ ਨੂੰ ਲੱਗਦੀ ਹੈ ਉਹ ਲਾਲਚ ਪੈ ਜਾਂਦਾ ਉਹ ਕਹਿੰਦਾ ਵੀ ਛੱਡੋ ਜੀ ਆਈਡੀਓਲੋਜੀ ਤਾਂ ਚੱਲਦੀ ਰਹਿੰਦੀ ਹੈ ਆਪਾਂ ਸੱਤਾ ਦੇ ਦੇਖੋ ਸੱਤਾ ਦੇ ਮੁਤਾਬਕ ਠੀਕ ਹੈ ਹੁਣ ਤੁਸੀਂ ਬੜਾ ਬਹੁਤ ਵਧੀਆ ਤਰੀਕੇ ਨਾਲ ਡਿਫਾਈਨ ਕਰਤਾ ਸਾਰੀਆਂ ਪਾਰਟੀਆਂ ਬਾਰੇ ਮੁਹੰਮਦ ਖਾਲਿਦ ਸਾਹਿਬ ਨੇ ਇਸ ਤਰੀਕੇ ਨਾਲ ਕਲੀਅਰ ਕਰਤਾ PDP JJP ਦਾ ਜੋ ਜ਼ਿਕਰ ਕਰ ਲਿਆ ਸਭ ਕੁਝ ਪਤਾ ਲੱਗ ਗਿਆ ਹੁਣ ਤੁਹਾਡੇ ਲਈ ਸੱਤਾ ਹੀ ਪ੍ਰਮੁੱਖ ਹੈ ਵਿਚਾਰਧਾਰਾ ਦੀ ਲੜਾਈ ਹੁਣ ਖਤਮ ਹੋ ਚੁੱਕੀ ਹੈ ਮੈਂ ਤਾਂ ਸਪਸ਼ਟ ਕਰ ਦਿਆਂ ਇੱਕ ਪਹਿਲੀ ਗੱਲ ਤੇ JJP ਔਰ BJP ਇਹ ਕੋਈ ਪਹਿਲੀ ਵਾਰ ਨਹੀਂ ਹੈ ਵੀ ਇਕੱਠੀਆਂ ਆਈਆਂ ਚੌਟਾਲਾ ਸਾਹਿਬ ਦੀ ਪਾਰਟੀ ਔਰ BJP ਦਾ ਪਹਿਲਾਂ ਵੀ ਅਲਾਇੰਸ ਰਿਹਾ ਬੜੀ ਵਾਰ ਸਰਕਾਰ ਵੀ ਬਣਾਈ ਤੁਸੀਂ ਐਨਐਲਓ ਸਮਝ ਕੇ ਅਲਾਇੰਸ ਕੀਤਾ ਨਾ ਨਹੀਂ ਲੈਟ ਮੀ ਕੰਪਲੀਟ ਕਲੀਅਰ ਇਹ ਵੀ ਉਹ ਪਰਿਵਾਰ ਦੇ ਵਿੱਚ ਪਰਿਵਾਰ ਦਾ 2 ਫਾੜ ਹੋਏ ਨੇ ਨਾ ਇਹਦੇ ਚ ਯਾਨੀ ਕਿ ਪਰਿਵਾਰ ਤੋੜਦੇ ਹੋ ਤੇ ਸੱਤਾ ਹਾਸਲ ਕਰਦੇ ਹੋ ਪਰਿਵਾਰ ਦੇ ਉਹਨਾਂ ਦੇ 2 ਫਾੜ ਇੱਥੇ ਵੀ ਪਰਿਵਾਰ ਤੋੜਿਆ ਸੱਤਾ ਹਾਸਲ ਕੀਤੀ ਉਹਨਾਂ ਨੇ ਲੜਨ ਤੋਂ ਬਾਅਦ ਇੱਕ ਦੂਜੇ ਦੇ ਤੁਸੀਂ ਵੀ ਇਹ ਵੀ ਇਹਦੇ ਤੁਸੀਂ ਵੀ ਇਦਾਂ ਹੀ ਕਰਦੇ ਪਏ ਸਾਰੇ ਇਦਾਂ ਕਰਦੇ ਪਏ ਸਾਰੇ ਇਦਾਂ ਕਰਦੇ ਪਏ ਤੁਸੀਂ ਕਿ ਹਰਿਆਣਾ ਦੇ ਵਿੱਚ ਜੀ ਇਹਨਾਂ ਨੇ ਗਲਤ ਕੀਤੀ ਇੱਕ ਵਾਰ ਪਲੀਜ਼ ਨਹੀਂ ਸਾਰੇ ਤੁਸੀਂ ਇਦਾਂ ਕਰਦੇ ਪਏ ਹਾਂ ਬੋਲੋ ਬਾਅਦ ਤੁਸੀਂ ਇਹਦੀ ਗੱਲ ਪੂਰੀ ਕਿ ਹਰਿਆਣਾ ਦੇ ਵਿੱਚ ਜੀ ਤੁਸੀਂ ਸਰਕਾਰ ਬਣਾ ਲਈ JJP ਦੇ ਨਾਲ JJP ਦੇ ਨਾਲ ਕਾਂਗਰਸ ਦਾ ਤਾਂ ਕੋਈ ਲੈਣ ਦੇਣ ਹੀ ਨਹੀਂ ਇਹ ਉਹ JJP ਚੁਟਾਲਿਆਂ ਨਾਲ BJP ਦੀ ਮੁਖਾਲਫਤ ਕਰ ਰਹੀ ਸੀ ਹਰਿਆਣਾ ਦੇ ਵਿੱਚ ਯਾਰ ਤੁਸੀਂ ਵੀ ਕਰਦੇ ਹੋ ਸਾਰੀ ਜਗ੍ਹਾ ਹੁੰਦੀ ਮੈਂ ਕਹਿ ਰਿਹਾ ਉਹੀ ਪਾਰਟੀ ਹੈ ਕੀ ਉੱਥੇ ਗਵਰਨਰ ਰੂਲ ਲਾ ਦਈਏ ਇਹੀ ਪਾਰਟੀ ਹੈ ਕੀ ਉੱਥੇ ਗਵਰਨਰ ਰੂਲ ਲਾ ਦਈਏ
ਗਵਰਨਮੈਂਟ ਦੇਣੀ ਪੈਂਦੀ ਹੈ, ਪਬਲਿਕ ਤੁਹਾਨੂੰ ਚੋਣਾਂ ਇਸ ਕਰਕੇ ਵੋਟਾਂ ਪਾਉਂਦੀ ਹੈ, ਗਵਰਨਮੈਂਟ ਬਣਾਓ ਔਰ ਕੰਮ ਕਰੋ ਅੱਗੇ ਵਧੋ, ਬੀਜੇਪੀ ਨੂੰ ਜ਼ਬਰਦਸਤੀ ਗਵਰਨਮੈਂਟ ਨਹੀਂ ਪੈਂਦੀ, ਤੁਸੀਂ ਵੀ ਬੜੀ ਥਾਂ ਤੇ ਬਣੀਆਂ ਨੇ ਸਰਕਾਰਾਂ, ਕਿਹੜੀ 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 ਨੇ, ਤੁਹਾਡੇ ਨੇੜੇ ਜੇਜੇਪੀ ਆਈ ਨਹੀਂ, ਫਿਰ ਇਹਨਾਂ ਦਾ ਕੀ ਕਸੂਰ ਹੈ? ਤੁਹਾਡੇ ਨੇੜੇ ਨਹੀਂ ਆਈ, ਨਹੀਂ ਲੱਗਦੇ ਨੇੜੇ ਉਹਨਾਂ ਦੇ, ਤੁਸੀਂ ਕਿਹਾ ਸੀ ਨਹੀਂ ਬਣਦੀ ਉਹਨਾਂ ਦਾ, ਜੇਜੇਪੀ ਨਾਲ ਕਨਸਰਨ ਨਹੀਂ ਹੈ, ਜੇਜੇਪੀ ਦੀ ਸਿਰਫ 10 ਸੀਟਾਂ ਸਾਡੀਆਂ 31 41 ਨਾਲ, ਤੁਸੀਂ ਤਾਂ ਚੀਫ ਮਿਨਿਸਟਰ ਉਹਨਾਂ ਨਾਲ ਅਨਾਉਂਸ ਕਰੀ ਬੈਠੇ ਸੀਗੇ, ਤੁਸੀਂ ਤਾਂ ਚੀਫ ਮਿਨਿਸਟਰ ਅਨਾਉਂਸ ਕਰੀ ਬੈਠੇ ਸੀਗੇ, ਅਸੀਂ ਸਰਕਾਰ ਬਣਾਉਣ ਲਈ ਕਦੀ ਨਹੀਂ ਕਿਹਾ, ਅਸੀਂ ਇਹ ਕਿਹਾ ਕਿ ਜਿਹੜੀ ਵਿਚਾਰਧਾਰਾ ਸਾਡੇ ਨਾਲ ਸਾਡੇ ਅਕੋਰਡਿੰਗਲੀ ਚੱਲਦੀ ਹੈ, ਅਸੀਂ ਉਹਨੂੰ ਨਾਲ ਲੈ ਕੇ ਚੱਲਣ ਨੂੰ ਤਿਆਰ ਹਾਂ, ਤਾਂ ਕਹਿੰਦੀ ਅਸੀਂ ਜਿਹੜਾ ਸਾਡਾ ਮੈਨੀਫੈਸਟੋ, ਤੁਸੀਂ ਉਹਦੇ ਨਾਲ ਸਾਡਾ ਮੈਨੀਫੈਸਟੋ ਜਿਹੜਾ ਯੈਸ ਕਰਦੀ ਹੈ, ਅਸੀਂ ਉਹ ਲੈਣ ਨੂੰ ਤਿਆਰ ਹਾਂ, ਤੁਸੀਂ ਤਾਂ ਆਹ ਗੱਲ ਕਹੀ ਸੀ। ਪ੍ਰਸਮਜੀਤ ਸਿੰਘ, ਪ੍ਰਸਮਜੀਤ ਸਿੰਘ, ਤਾਂ ਇਸ ਡਿਬੇਟ ਨੂੰ ਕਿਹੜੇ ਨੋਟ ਤੇ ਐਂਡ ਕੀਤਾ ਜਾਵੇ? ਸਵਿਧਾਨ ਦਾ ਰਾਖਾ ਹੈ ਕੌਣ? ਦੇਖੋ, ਮੈਂ ਤਾਂ ਜਿਸ ਤਰ੍ਹਾਂ ਸ਼ੁਰੂ 'ਚ ਹੀ ਕਿਹਾ ਸੀਗਾ, ਜੇ ਅੱਜ ਸਭ ਤੋਂ ਵੱਧ ਇਸ ਸੰਵਿਧਾਨ ਨੂੰ ਜਿਹੋ ਜਿਹਾ ਵੀ ਹੈ, ਮੈਂ ਨਹੀਂ ਕਹਿੰਦਾ ਇਹ ਪਰਫੈਕਟ ਹੈ, ਬਚਾਉਣ ਦੀ ਲੋੜ ਆ ਅਤੇ ਰਖਵਾਲੀ ਕਰਨ ਦੀ ਲੋੜ ਆ, ਉਹ ਜਨਤਾ ਜਨਾਰਦਨ ਆ, ਆਮ ਵੋਟਰ ਹੈਗੇ ਆ, ਉਹ ਪੇਂਡੂ ਲੋਕ, ਪੇਂਡੂ ਭਾਈਚਾਰਾ, ਦਲਿਤ, ਹੋਰ, ਕਿਉਂਕਿ ਉਹਦੇ 'ਚ ਕਾਫੀ ਕੁਝ ਇਹੋ ਜਿਹਾ ਹੈਗਾ ਜਿਹੜਾ ਉਹਨਾਂ ਦੇ ਹੱਕ ਹਕੂਕਾਂ ਨੂੰ, ਉਹਨਾਂ ਦੀ ਸਿਵਲ ਲਿਬਰਟੀਜ਼ ਨੂੰ, ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੀ ਸੋਚ ਨੂੰ ਪ੍ਰੋਟੈਕਟ ਕਰਦਾ, ਉਹਨਾਂ ਨੂੰ ਹੈ ਨਾ ਰਾਖੀ ਕਰਦਾ। ਪਰ ਇਹ ਜੇ ਸੰਵਿਧਾਨ ਦਾ ਆਪਣੇ ਆਪ 'ਚ ਕੋਈ ਮਤਲਬ ਨਹੀਂ, ਚੰਗੇ ਤੋਂ ਚੰਗੇ ਵਿਚਾਰ ਦਾ ਕੋਈ ਮਤਲਬ ਨਹੀਂ ਜੇ ਉਹਦੇ 'ਤੇ ਅਮਲ ਨਹੀਂ ਕਰਨਾ। ਇਸ ਵੇਲੇ ਸੰਵਿਧਾਨ ਨੂੰ ਬਿਲਕੁਲ ਨੋਸ਼ਨਲ ਜਿਹੜੀ ਆ ਇੰਪੋਰਟੈਂਸ ਦਿੱਤੀ ਜਾਂਦੀ ਹੈ, ਜੋ ਸੰਵਿਧਾਨ ਦੇ ਪਹਿਲੇ ਪੇਜ 'ਤੇ ਮੈਂ ਤਾਂ ਕਹਿੰਦਾ ਲਿਖਿਆ ਹੋਇਆ, ਉਹਦੇ ਜਿਹੜਾ ਦੇਸ਼ ਜਿੱਥੇ ਅੱਜ ਤੱਕ ਪਹੁੰਚ ਚੁੱਕਿਆ ਉਹਦੇ ਬਿਲਕੁਲ ਉਲਟੇ ਪਾਸੇ ਪਹੁੰਚ ਚੁੱਕਿਆ, ਉਲਟੇ ਪਾਸੇ ਪਹੁੰਚ ਚੁੱਕਿਆ, ਕਿਉਂਕਿ ਕੋਈ ਵੀ ਦੇਖੋ ਜਿਹਦੇ ਉਹਦੇ 'ਚ ਲਿਖਿਆ ਇਕੁਐਲਿਟੀ, ਫਰਟਰਨਿਟੀ, ਫਰੀਡਮ, ਰੀਜ਼ਨ, ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਹੈ ਨਾ, ਇਹ ਸਾਰੇ ਦੇ ਸਾਰੇ ਦੇ ਬਾਪ ਲਿਬਰਟੀ, ਇਹ ਸਾਰਾ ਤੁਸੀਂ ਸਾਨੂੰ ਵਿਚਾਰ ਰੱਖਣ ਦੇ ਇੱਥੇ ਇੱਥੇ ਬੋਲਣ ਤੱਕ ਨਹੀਂ ਦਿੰਦੇ, ਤੁਸੀਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ, ਜੇ ਕੋਈ ਆਪਾਂ ਡਿਸੈਂਟਿੰਗ ਗੱਲ ਕਰੋ ਨਾ, ਡਿਸੈਂਟਿੰਗ ਬੇਬੁਨਿਆਦੀਆਂ ਗੱਲਾਂ ਕਰਕੇ ਲੋਕ ਫੈਸਲਾ, ਲੋਕ ਫੈਸਲਾ ਕਰਨ ਦੇ ਲਈ ਸਰਕਾਰ ਨਾਲ ਗੱਲ ਕਰੋ, ਲੋਕ ਫੈਸਲਾ ਕਰ ਰਹੀ ਹੈ ਨਾ, ਸਰਕਾਰ ਨਾਲ ਗੱਲ ਕਰੋ, ਉਹ ਪ੍ਰਧਾਨ ਮੰਤਰੀ ਕੀ ਗਲਤ ਕੀਤਾ? ਪ੍ਰਧਾਨ ਮੰਤਰੀ ਤੁਹਾਡਾ ਨਹੀਂ, ਉਹ ਸਾਡਾ ਵੀ ਹੈ, ਨਹੀਂ ਤੁਸੀਂ ਦੱਸੋ ਨਾ ਕੀ ਗਲਤ ਕੀਤਾ? ਜੇ ਕੋਈ ਪ੍ਰਧਾਨ ਮੰਤਰੀ ਗੱਲ ਜਾ ਕੇ ਟਰੰਪ ਨੂੰ ਉੱਥੇ ਜਾ ਕੇ ਕੁਝ ਕਰਦਾ, ਮੇਰਾ ਇਹਨਾਂ ਕਹਿਣਾ ਕਿ ਜੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ, ਪ੍ਰੈਜ਼ੀਡੈਂਟ, ਗਵਰਨਰ ਗਲਤ ਗੱਲ ਕੰਮ ਕਰੂਗਾ, ਸਾਡਾ ਸਿਰ ਝੁਕਦਾ, ਅਸੀਂ ਦੁਨੀਆਂ ਨੂੰ ਜਵਾਬ ਦੇ, ਅਸੀਂ ਅਸੀਂ ਇਹ ਤੋਂ ਵੱਧ ਸਬੂਤ ਮੇਰੇ ਸਵਾਲ ਦਾ ਜਵਾਬ ਦਿਓ, ਤੁਸੀਂ ਉਧਰ ਨਾ ਜਾਓ। ਪ੍ਰਧਾਨ ਮੰਤਰੀ ਸਾਹਿਬ ਨੇ ਵਧਾਈ ਦਿੱਤੀ ਸੀਗੀ ਫੜਨਵੀਸ ਨੂੰ ਤੇ ਅਜੀਤ ਪਵਾਰ ਨੂੰ ਜੀ, ਹੁਣ ਪ੍ਰਧਾਨ ਮੰਤਰੀ ਸਾਹਿਬ ਕਿਹੜਾ ਟਵੀਟ ਕਰਨ ਜਾ ਰਹੇ? ਨਹੀਂ, ਹੁਣ ਪ੍ਰਧਾਨ ਮੰਤਰੀ ਸਾਹਿਬ ਕਰਨਗੇ, ਮੈਂ ਥੋੜੀ ਦੱਸਣਾ ਉਹਨਾਂ ਨੂੰ ਕਿਹੜਾ ਟਵੀਟ ਕਰਨਾ, ਤੁਸੀਂ ਕਰਨਾ ਚਾਹੀਦਾ ਕਿ ਨਹੀਂ ਸਾਹਿਬ ਨੇ ਕਰਨਾ ਚਾਹੀਦਾ ਕਿ ਨਹੀਂ, ਪਹਿਲਾਂ ਸਰਕਾਰ ਬਣ ਲੈਣ ਦਿਓ, ਉਸ ਤੋਂ ਬਾਅਦ ਟਵੀਟ ਵੀ ਆ ਜਾਣਗੇ। ਠੀਕ ਹੈ, ਮੁਹੰਮਦ ਖਾਲਿਦ ਸਾਹਿਬ ਲਾਸਟ ਮਿੰਟ ਤੁਹਾਡੇ ਚਾਹੀਦੇ, ਮੁਹੰਮਦ ਖਾਲਿਦ ਸਾਹਿਬ, ਗੱਠਜੋੜ ਦੀ ਸਰਕਾਰ ਜਾਂ ਖਿਚੜੀ ਸਰਕਾਰ ਜਾਂ ਤਿਕੜੀ ਸਰਕਾਰ ਕਦੋਂ ਤੱਕ ਚੱਲੇਗੀ? ਅਜੀਤ ਪਵਾਰ ਦੀ ਹੁਣ ਭੂਮਿਕਾ ਕੀ ਰਹੇਗੀ? ਦੇਖੋ, ਜਿਹੜੀਆਂ ਵਿਚਾਰਧਾਰਾ ਦਾ ਟਕਰਾਅ ਜਿੱਥੇ ਹੁੰਦਾ ਉੱਥੇ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਜ਼ਿਆਦਾਤਰ ਕਾਮਯਾਬ ਨਹੀਂ ਹੁੰਦੀਆਂ ਔਰ ਸਰਕਾਰਾਂ ਕਾਮਯਾਬ ਇਸ ਕਰਕੇ ਨਹੀਂ ਹੁੰਦੀ ਆ ਕਿ ਕਲੈਸ਼ ਆਫ ਇੰਟਰਸਟ ਜਿਹੜਾ ਹੈਗਾ ਉਹ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ 2-4-6 ਮਹੀਨਿਆਂ ਤੋਂ ਬਾਅਦ। ਇਹੀ ਚੀਜ਼ ਤੁਸੀਂ ਆਪਣੇ ਇੱਥੇ ਹਰਿਆਣੇ 'ਚ ਵੀ ਦੇਖੋਗੇ ਬੜੀ ਜਲਦੀ, ਔਰ ਇਹੀ ਚੀਜ਼ ਜਿਹੜੀ ਹੈਗੀ ਹੈ ਉਹ ਮਹਾਰਾਸ਼ਟਰ ਦੇ ਵਿੱਚ ਵੀ ਬੜੀ ਜਲਦੀ। ਮੈਨੂੰ ਇੱਕ ਸਵਾਲ ਦੱਸ ਦਿਓ, ਲੋਕ ਮੁੱਦਿਆਂ 'ਤੇ ਜਾਂ ਕਿਸਾਨਾਂ ਦੇ ਮੁੱਦਿਆਂ 'ਤੇ ਇਹ ਵਖਰੇਵਾਂ ਆਵੇਗਾ ਜਾਂ ਰਾਸ਼ਟਰਵਾਦ ਦੇ ਮੁੱਦੇ 'ਤੇ ਇਹਨਾਂ ਦਾ ਵਖਰੇਵਾਂ ਆਵੇਗਾ? ਦੇਖੋ, ਵਖਰੇਵਾਂ ਨਹੀਂ ਨਹੀਂ ਵਖਰੇਵਾਂ ਜਿਹੜਾ ਹੈਗਾ ਕਈ ਜਗ੍ਹਾ 'ਤੇ ਆਏਗਾ। ਜਿੱਥੇ ਤੱਕ ਤਾਂ ਧਰਮ ਦਾ ਸਵਾਲ ਹੈ ਜਾਂ ਜਾਤੀਵਾਦ ਦਾ ਸਵਾਲ ਹੈ ਜਾਂ ਫਾਰਮਰਸ ਦਾ ਸਵਾਲ ਹੈ, ਇਹ ਬਹੁਤ ਸਾਰੇ ਇਸ਼ੂਜ਼ ਹੈ, ਇਕਨੋਮਿਕ ਇਸ਼ੂਜ਼ ਹੈ, ਪੋਲੀਟੀਕਲ ਇਸ਼ੂਜ਼ ਹੈ, ਰਿਲੀਜੀਅਸ ਇਸ਼ੂਜ਼ ਹੈ, ਹਰ ਜਗ੍ਹਾ ਉੱਪਰ ਕਿਤੇ ਨਾ ਕਿਤੇ ਟਕਰਾਅ ਹੋਏਗਾ। ਉਸ ਟਕਰਾਅ ਨੂੰ ਕਿਸ ਤਰੀਕੇ ਦੇ ਨਾਲ ਉਹ ਬੈਠ ਕੇ ਸੋਲਵ ਕਰਦੇ ਆ, ਕਰਨ ਦੇ ਵਿੱਚ ਕਾਮਯਾਬ ਹੁੰਦੇ ਆ, ਇਹਦੇ ਪਰ ਡਿਪੈਂਡ ਕਰਦਾ ਸਰਕਾਰ ਚੱਲੇਗੀ ਨਹੀਂ। ਮੈਂ ਨਿੱਕੀ ਜੀ ਗੱਲ ਕਹਿਣੀ ਚਾਹੁੰਦਾ, ਜਿਸ ਕਰਕੇ ਜੁੜੇ ਆ ਉਹ ਹੀ ਇਹਨਾਂ ਦਾ ਤੋੜਨ ਦਾ ਕਾਰਨ ਬਣੂਗਾ। ਸੱਤਾ 'ਚ ਆਉਣ ਲਈ ਜੁੜੇ ਆ ਅਤੇ ਉਹਨਾਂ 'ਚੋਂ ਗਾਂਹ ਕਿਹਨੇ ਜ਼ਿਆਦਾ ਸੱਤਾ ਹਾਸਲ ਕਰਨੀ ਆ, ਉਦੋਂ ਗਾਂਹ ਦੂਜੇ ਨੂੰ ਠਿੱਬੀ ਲਾ ਕੇ ਉਹ ਹੀ ਕਾਰਨ ਇਹਨਾਂ ਨੂੰ ਤੋੜਨ ਦਾ ਬਣੂਗਾ। ਅਜੀਤ ਪਵਾਰ ਨਾ ਉਹਦੇ 'ਚ ਲੋਕਾਂ ਦਾ ਕੋਈ ਮੁੱਦਾ ਹੋਊਗਾ, ਨਾ ਕੋਈ ਆਈਡੀਆਲੋਜੀ ਹੋਊਗੀ। ਅਜੀਤ ਪਵਾਰ ਦੁਬਾਰਾ ਡਿਪਟੀ ਸੀਐਮ ਤਾਂ ਨਹੀਂ ਬਣ ਜਾਣਗੇ? ਮੈਨੂੰ ਨਹੀਂ ਲੱਗਦਾ ਉਹਦੇ ਜਿਹੜਾ ਉਹਨਾਂ ਦਾ ਨਾਮ ਫਟਾਫਟ। ਦੇਖੋ, ਗੱਲ ਇਹ ਹੈ ਜਿੱਥੇ ਬੀਜੇਪੀ ਦਾ ਜੇ ਐਂਡ ਕੇ ਦੇ ਵਿੱਚ ਕੋਮਨਲ ਬੀਜੇਪੀ ਪਾਰਟੀ ਹੈ, ਔਰ ਜਿੱਥੇ ਜੇ ਐਂਡ ਕੇ ਦੇ ਵਿੱਚ ਇੱਕ ਮੁਸਲਿਮ ਨੂੰ ਮੁੱਖ ਮੰਤਰੀ ਬਣਾਉਂਦੀ ਹੈ, ਔਰ ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਇਹਨਾਂ ਦੇ ਨਾਲ ਹੀ ਆ ਉਹਨੂੰ ਮੁੱਖ ਮੰਤਰੀ ਨਹੀਂ ਬਣਾਉਂਦੀ। ਤੁਸੀਂ ਦੇਖੋ ਕਿੱਦਾਂ ਦੀ ਪਾਰਟੀ ਹੈ, ਕਿਉਂ ਬਣਾਈਏ? ਸਾਡੇ ਤਾਂ ਉਹਦੀਆਂ ਸੀਟਾਂ ਉਹਨਾਂ ਦੀਆਂ, ਇੱਕ ਇੱਕ ਸੱਤੀਆਂ ਸੀਟਾਂ ਵਾਲੇ ਨੂੰ ਇਹ ਕਿਵੇਂ ਮੁੱਖ ਮੰਤਰੀ ਬਣਾਈਏ? ਦੇਖੋ ਕਿਉਂ ਬਣਾਈਏ ਕਮਿਊਨਲ ਦਲ ਨੂੰ, ਤੁਸੀਂ ਇੱਕ ਤਰਕ, ਠੀਕ ਹੈ, ਤੁਸੀਂ ਇੱਕ ਤਰਕ ਤੇ ਦਿਓ ਕਿਉਂ ਬਣਾਈਏ? ਉਹਨਾਂ ਦੀਆਂ ਸਾਡੇ ਤੋਂ ਉਹਦੀਆਂ ਸੀਟਾਂ, ਉਹ ਕਹਿੰਦੇ ਮੁੱਖ ਮੰਤਰੀ ਅਸੀਂ ਬਣਨਾ, ਇਜ਼ ਇਟ ਪੋਸੀਬਲ? ਤੁਹਾਡਾ ਬਹੁਤ ਧੰਨਵਾਦ ਸਰਦਾਰ ਦਾ ਰਾਖਾ ਕੌਣ ਹੈ? ਇਸ ਸਵਾਲ ਦਾ ਜਵਾਬ ਸਿਰਫ ਇੱਕ ਸਿੰਗਲ ਲਾਈਨ ਵਿੱਚ ਹੈ।